ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਤੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਤੁਰ ਕਰਮ ਪਾਇਆ ਤੁਧ ਜਿਨ ਕਉ, ਤੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਦੇ ਪਾਤਰ ਬਣ ਕੇ ਗੁਰੂ ਬਖਸ਼ਾ ਮਨੁੱਖਾ ਜਨ ਸੰਗਤ ਰੂਪ ਹੋ ਕੇ ਮਿਲ ਕੇ ਬੈਠਣ ਦਾ ਸਮਾਂ ਚੰਗੀਆਂ ਭਾਗਾਂ ਨਾਲ ਹੋਇਆ ਹੈ। ਅੰਮ੍ਰਿਤਸੜੇ ਤੋਂ ਲੈ ਕੇ ਭਾਗਾਂ ਵਾਲੀ ਆਤਮਾ ਨੇ ਸਰੀਰ ਸਵਾਸਾਂ ਤੇ ਘੜੀਆਂ ਦਾ ਲਾਹਾ ਲਿਆ। ਗੁਰੂ ਦੀ ਬਾਣੀ ਜਪ ਕੇ ਪੜ੍ਹ ਕੇ ਕੀਰਤਨ ਸਰਵਣ ਹੋਇਆ ਹੈ। ਅਰਦਾਸ ਮੰਗਲ ਹੋਏ ਦਾ ਮੁਖਵਾਸ ਸਨ ਰਾਮਦਾਸ ਤੇਰੇ ਹਿਰ ਰਤਨ ਹਰਾਨ ਨਾਮ ਹਰ ਵਸਿਆ ਗੁਰਹਾਦ ਧਰੀ ਯਾਰਾ ਹਿਰਦੇ ਨੂੰ ਕਿਹਾ ਹੈ ਤੇ ਰਤਨ ਰੂਪੀ ਪਰਮੇਸ਼ਰ ਦਾ ਨਾਮ ਵਸਿਆ ਕਦੋਂ ਜਦੋਂ ਸਾਹਿਬਾਨ ਕਿਰਪਾ ਬੜਾ ਮੇਰੇ ਮੱਥੇ ਤੇ ਮੇਰੇ ਸਿਰ ਤੇ ਰੱਖਿਆ ਉਦੋਂ ਪਰਮੇਸ਼ਰ ਦਾ ਨਾਮ ਵਿੱਚ ਵਸਿਆ। ਮੁੱਖੋਂ ਹਰ ਹਰ ਸਭ ਤੋਂ ਕਹਿ ਵਿਰਲੇ ਹਿਰਦੇ ਵਸਾਉ, ਨਾਨਕ ਜਿਨ ਕੇ ਹਿਰਦੇ ਵਸਿਆ ਮੋਹ ਮੁਕਤ ਤਿਨ ਪਾਇਆ। ਜਿਨ ਹਰ ਹਿਰਦੇ ਨਾਮ ਨ ਵਸਿਓ ਤਿਨ ਬਾਅਦ ਹਰ ਬਾਂਝਾ, ਤਿਨ ਸੁਣੀ ਤੇ ਫਿਰੇ ਬਿਨ ਨਾਮ ਸਭ ਖੰਗੇ ਕਰਾਂਗਾ। ਬੜੀ ਕਦਰ ਹੈ ਪਰਮੇਸ਼ਰ ਦੇ ਨਾਮ ਤੇ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਦਾ ਬਖਸ਼ਿਆ ਮੁਖਵਾਸ। ਲੜੀ ਵਾਰ ਚੱਲ ਰਹੀ ਬਾਣੀ ਆਨੰਦ ਸਾਹਿਬ, ਜ਼ਿੰਦਗੀ ਜੀਵਨ ਨੂੰ ਆਨੰਦ ਦੇਣ ਵਾਲੀ, ਕਾਰ ਸਫਲ ਕਰਨ ਵਾਲੀ, ਇਹਦੀ ਉਤਸਾਹਨਤਾ, ਇਹਦੇ ਪੜ੍ਹਨ ਦਾ ਮਹਾਤਮ ਆਪ ਪਰਸੋਂ ਦੇ ਜਵਾਨ ਵਿੱਚ ਸਰਵਣ ਕਰ ਚੁੱਕੇ ਹੋ, ਜਿਸ ਵਿੱਚ ਚਾਰ ਪੌੜੀਆਂ ਦੀ ਵਿਚਾਰ ਹੋਈ ਸੀ। ਪੰਜਵੀਂ ਪੌੜੀ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ। ਇਸ ਆਨੰਦ ਸਾਹਿਬ ਜੀ ਦੀਆਂ 38 ਪੌੜੀਆਂ ਗੁਰੂ ਅਮਰਦਾਸ ਜੀ ਦੀਆਂ ਬਖਸ਼ੀਆਂ ਹੋਈਆਂ, 2 ਪੌੜੀਆਂ ਅਗਲੀਆਂ ਸਿਰਲੀ ਰਾਮਦਾਸ ਜੀ ਸਾਹਿਬ। ਉਸ ਵਿੱਚ ਇਸ ਆਨੰਦ ਸਾਹਿਬ ਦੀ ਬਾਣੀ ਦਾ ਮਹਾਤਮ ਲਿਖੀ, ਇਹਦੀ ਮਹਿਮਾ ਲਿਖੀ। ਹਰ ਜ਼ਿੰਦਗੀ ਦੇ ਕਾਰਜ ਨੂੰ ਸਫਲੇ ਬਣਾਉਣ ਲਈ, ਹਰ ਸਮੇਂ ਨੂੰ ਸਫਲਾ ਬਣਾਉਣ ਲਈ ਸਭ ਸੱਚੇ ਪਾਤਸ਼ਾਹ ਪਵਿੱਤਰ ਨਿਤ ਨੇਮ ਦਾ ਇੱਕ ਅੰਤ ਸਿੱਖਾਂ ਦਾ, ਇਹ ਆਨੰਦ ਸਾਹਿਬ ਦੀ ਬਾਣੀ ਹੈ। ਪਹਿਲੇ ਸਮੇਂ ਦੀਆਂ 5 ਬਾਣੀਆਂ ਦੇ ਨਿਤ ਨੇਮ ਵਿੱਚ ਵੀ ਸ਼ਾਮਿਲ ਸੀ ਤੇ ਬਾਣੀਆਂ ਵਿੱਚ ਵੀ ਹੈ। ਅੰਮ੍ਰਿਤ ਸੰਚਾਰ ਵਿੱਚ ਵੀ ਮੁੱਖ ਬਾਣੀ ਸ਼ਾਮਿਲ। ਇਸ ਕਰਕੇ ਭਾਗਾਂ ਵਾਲੀ ਆਤਮ ਬਾਣੀ ਨੂੰ ਪੜ੍ਹ ਕੇ ਜ਼ਿੰਦਗੀ ਦੇ ਜੀਵਨ ਦਾ ਆਨੰਦ ਮਾਣਦੀਆਂ। ਹਰ ਇੱਕ ਮੁਰਖ ਆਨੰਦ ਮਾਣਨਾ ਚਾਹੁੰਦਾ ਹੈ, ਆਨੰਦ ਚਾਹੁੰਦਾ ਹੈ। ਆਓ ਜੇ ਆਨੰਦ ਚਾਹੁੰਦੇ ਹੋ ਤੇ ਬਾਣੀ ਵਿੱਚੋਂ ਜੋ ਆਨੰਦ ਮਿਲ ਰਿਹਾ ਹੈ ਉਸ ਨੂੰ ਲੈਣਾ ਕਰੀਏ। ਜਿੱਥੇ ਜਿੱਥੇ ਦੁਨੀਆਂ ਦੇ ਜੀਵ ਲੱਗੇ ਹੋਏ ਨੇ ਉਹ ਆਪਣੇ ਆਪ ਨੂੰ ਉੱਥੇ ਆਨੰਦ ਸਮਝਦੇ। ਅਸਲ ਆਨੰਦ ਦਾ ਪਤਾ ਕਿਸੇ ਵਿਰਲੇ ਨੂੰ ਹੀ ਹੈ।
ਜਿਹਨਾਂ ਨੂੰ ਅਸਲ ਆਨੰਦ ਆ ਜਾਵੇ ਫਿਰ ਦੁਨੀਆਂ ਦੇ ਆਨੰਦ ਫਿੱਕੇ ਪੈ ਜਾਂਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕੀ ਕਿਰਪਾ ਕਰਦੇ ਹਨ। ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੈ, ਸੁਭਾਗਾ ਭਾਗਾਂ ਵਾਲਾ ਘਰ ਅਸਥਾਨ ਉਹ ਕਿਹੜਾ ਹੈ ਦੁਨੀਆਂ ਤੇ? ਗੁਰੂ ਕੀ ਸਤਸੰਗਤ, ਅਸਲ ਭਾਗਾਂ ਵਾਲਾ ਸਥਾਨ ਅੰਤਸ਼ਕਰਨ, ਜਿੱਥੇ ਪਰਮੇਸ਼ਰ ਦਾ ਨਾਮ ਵਸੇ, ਸੁਭ ਗੁਣ ਵਸਣ, ਉੱਥੇ ਵਾਜੇ ਪੰਜ ਸ਼ਬਦ। ਆ ਜਿਹੜੇ ਦੁਨੀਆਂ ਤੌਰ ਤੇ ਵੱਖਰੇ ਵੱਖਰੇ ਸਾਜ ਨੇ, ਸਤ ਤੰਤੀ ਵਿੱਤ ਚਰਮ ਖਾ ਚੰਮ ਨਾ ਮੜੇ ਹੋਏ, ਢੋਲਕੀ ਜੋੜੀ ਨਗਾਰਾ ਤੇ ਤਤ ਤਾਰ ਨਾਲ ਸਤੰਤੀ ਵਿੱਚ ਚਰਮ ਖਾ ਧਨ, ਸੋ ਇੱਕ ਦੂਜੇ ਨੂੰ ਟਕਰਾ ਕੇ ਛੈਣੇ ਖੜਤਾਲਾਂ ਚ ਮਟਾ, ਧਨ ਕਾਸੀ ਕੇ ਜਾਂ ਨਾਦ ਸ਼ਬਦ ਘਟਕਾ ਕਹੋ ਘੜੇ ਦਾ ਸ਼ਬਦ, ਸੋ ਫਿਰ ਆਵਾਜ਼ ਨਾਲ ਜਿਵੇਂ ਹਾਰਮੋਨੀ ਵਾਜਾ ਤਥਾ ਦੀਨ, ਸੋ ਫਿਰ ਸ਼ਬਦ ਸਬਸ ਪਹਿਚਾਨ। ਇਸ ਪ੍ਰਕਾਰ ਜਿਹੜੇ ਵੱਖਰੇ ਵੱਖਰੇ ਸ਼ਬਦ ਨੇ ਜਿਹਦੇ ਸਾਰੇ ਇਕੱਠੇ ਵੱਜਣ ਤੇ ਕਿੰਨਾ ਕੁ ਆਨੰਦ ਹੈ, ਇਹ ਦੁਨਿਆਵੀ ਸ਼ਬਦਾਂ ਦਾ ਪ੍ਰਮਾਣ ਦੇ ਕੇ ਅੰਦਰਲੇ ਸ਼ਬਦ, ਗੁਰੂ ਦੇ ਸ਼ਬਦ ਦਾ ਆਨੰਦ ਧੁਨੀ ਜਿਹੜੀ ਬੋਲਿਆਂ ਨੂੰ ਵੀ ਸੁਣਦੀ ਹੈ, ਦਸਮ ਦਵਾਰ ਜਿਹੜੀ ਕਿੰਗਰੀ ਵੱਜਦੀ ਹੈ, ਇਸ ਨੂੰ ਕਿੰਗਰੀ ਕਿਹਾ, ਸ਼ਬਦ ਕਿਹਾ, ਆਨੰਦਦਾਇਕ ਹੈ। ਸੱਚਖੰਡ ਵਾਸੀ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਦੇ ਡੇਰੇ ਇੱਕ ਕੰਨਾਂ ਤੋਂ ਬੋਲਾ ਤੇ ਰਸਰਾਂ ਤੋਂ ਗੁੰਗਾ ਸਾਧੂ ਨਾਮੇ ਰਿਹਾ ਕਰਦਾ ਸੀ। ਸਤਿਗੁਰੂ ਦੀ ਕਿਰਪਾ ਨਾਲ ਮਹਾਂਪੁਰਖਾਂ ਉਮਰ ਛਕਾਤਾ ਤੇ ਵਾਹਿਗੁਰੂ ਵਾਹਿਗੁਰੂ ਕਹਿਣਾ ਦੱਸ ਦਿੱਤਾ ਤੇ ਮਾਲਾ ਪਰਾ ਦਿੱਤਾ। ਉਹਨੂੰ ਹੋਰ ਦੁਨੀਆਂ ਦਾ ਕੁਛ ਸੁਣਦਾ ਨਹੀਂ ਤੇ ਬਹੁਤੀਆਂ ਗੱਲਾਂ ਵੀ ਨਹੀਂ ਕਰਨੀਆਂ ਆਉਂਦੀਆਂ, ਕਿਉਂਕਿ ਗੁੰਗਾ ਜੂ ਹੈ, ਥੋੜਾ ਮਾੜਾ ਮੋਟਾ ਵਾਹਿਗੁਰੂ ਨੂੰ ਵਾਧੂ ਹੀ ਕਹਿੰਦਾ ਹੈ। ਵਾਧੂ ਵਾਧੂ ਜਪਦਿਆਂ ਉਹਦੇ ਪੰਜ ਸ਼ਬਦ ਵੱਜਣ ਲੱਗ ਗਏ। ਸੁੱਤਾ ਪਿਆ ਉੱਠ ਕੇ ਬਹਿ ਜਾਂਦਾ ਤੇ ਪੁੱਛਦਾ ਕੀਰਤਨ ਕਿੱਥੇ ਹੁੰਦਾ ਹੈ? ਕੀਰਤਨ ਤੇ ਕਿਤੇ ਵੀ ਨਹੀਂ ਹੁੰਦਾ, ਇਹ ਮੈਨੂੰ ਤੇ ਸੌਣ ਨਹੀਂ ਦਿੰਦਾ, ਇਹ ਤੁਹਾਨੂੰ ਨਹੀਂ ਸੁਣਦਾ। ਕੰਨਾਂ ਤੋਂ ਬੋਲਾ, ਜਿਹੜਾ ਕੰਨਾਂ ਤੋਂ ਬੋਲਿਆਂ ਨੂੰ ਸ਼ਬਦ ਸੁਣਦੇ, ਜਿਹੜਾ ਕੀਰਤਨ ਸੁਣਦਾ, ਪਰ ਬਾਹਰਲਿਆਂ ਵਾਜਿਆਂ ਨਾਲੋਂ ਵੱਧ ਆਨੰਦਦਾਇਕ ਸ਼ਬਦ ਜਿਹੜਾ ਆਨੰਦਦਾਇਕ ਉਹ ਸ਼ਬਦ ਵੱਜ ਆਉਂਦਾ। ਪਰ ਸੁਭਾਗੇ ਭਾਗਾਂ ਵਾਲੀਆਂ ਆਤਮਾ ਹਰ ਇੱਕ ਨੂੰ, ਸਾਨੂੰ ਤਾਂ ਬਾਹਰ ਦੇ ਵਾਜੇ ਸੁਣਦੇ ਨੇ ਕਈ ਤਰ੍ਹਾਂ ਦੇ, ਇਸ ਪ੍ਰਕਾਰ ਇਹਨਾਂ ਵਾਜਿਆਂ ਦੇ ਮਗਰ ਕਈ ਤਰ੍ਹਾਂ ਦੀਆਂ ਵਿਚਾਰਾਂ ਨੇ। ਇਹਨਾਂ ਵਾਜਿਆਂ ਦਾ ਰੌਲਾ ਰੱਪਾ ਜੋਗੀ ਜਨ ਪਾਉਂਦੇ ਨੇ, ਰਾਧਾ ਸਵਾਮੀ ਪਾਉਂਦੇ ਨੇ। ਪੜ੍ਹਦੇ ਨਾ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜੱਤੀਏ ਲਾਏ ਧਿਆਨਾ, ਉਹਨਾਂ ਕੀ ਅਰਥ ਕਰਨਾ ਹੈ? ਜਿਹੜਾ ਧਿਆਨ ਲਾ ਕੇ ਗੁਰਮੁਖ ਸੁਣਦੇ, ਦਸਮ ਦੁਆਰ ਚ ਵਾਜੇ ਬਾਈ, ਅਸੀਂ ਪੜ੍ਹਦੇ ਹਾਂ ਨਾ ਬਾਣੀ ਗੁਰੂ ਗੁਰੂ ਹੈ ਬਾਣੀ, ਕਹਿਣਾ ਜਿਹੜੀ ਬਾਣੀ ਉੱਥੇ ਸੁਣਦੀ ਦਸਮ ਦੁਆਰ ਚ, ਉਹਨਾਂ ਅਰਥ ਇਵੇਂ ਕਰੀ ਜਾਣੇ, ਭੁਲੇਖਾ ਪਾਈ ਜਾਣਾ। ਸਾਨੂੰ ਬਾਹਰਲੀ ਵੀ ਜ਼ਰੂਰੀ ਹੈ ਤੇ ਅੰਦਰਲੇ ਵੀ ਜ਼ਰੂਰੀ, ਬਾਹਰ ਵੱਜਣਗੇ ਤੇ ਅੰਦਰ ਵੱਜਣਗੇ, ਜੇ ਬਾਹਰਲੇ ਸੁਣਾਂਗੇ ਤੇ ਅੰਦਰ ਦਾ ਗਿਆਨ ਹੋਵੇਗਾ ਨਾ। ਇਸ ਕਰਕੇ ਪ੍ਰਕਾਰ ਇਹ ਬਾਹਰ ਜਿਹੜੇ ਵਾਜੇ ਵੱਜੇ ਨੇ ਕੀਰਤਨ ਰੂਪ ਵਿੱਚ, ਬਾਣੀ ਸਿਮਰਨ ਰੂਪ ਵਿੱਚ, ਤੇ ਗੁਰੂ ਦੀ ਕਿਰਪਾ ਹੋ ਜਾਵੇ ਤੇ ਫਿਰ ਅੰਦਰ ਵੀ ਵੱਜ ਪੈਣ, ਤੋਂ ਘਰ ਸੁਭਾਗਾ ਭਾਗਾਂ ਵਾਲਾ ਬਣ ਜਾਵੇ ਅੰਤਸ਼ਕਰਨ ਤਥਾ ਦਸਮ ਦੁਆਰ। ਦਾਸ ਨੂੰ ਚੇਤਾ ਵੱਡਾ ਵੀਰ ਸੀ ਸੀਕੇ ਚੋਂ ਬਾਹਰ ਡੇਰਿਓ ਆਇਆ ਕਰਦਾ ਕਥਾ ਸੁਣ ਹਰ ਰੋਜ਼, ਕਹਿੰਦਾ ਮੈਨੂੰ ਪਤਾ ਨੀ ਲੱਗਦਾ ਮੇਰੇ ਸਿਰ ਵਿੱਚ ਨਾ ਟਣ ਟਣ ਹੋਈ ਜਾਂਦੀ। ਕਿ ਹੋਰ ਗ੍ਰੰਥ ਨਹੀਂ ਸੀ ਬਹੁਤੇ ਪੜ੍ਹੇ, ਬੇਨਤੀ ਕੀਤੀ ਵੀਰ ਜੀ ਸਿਮਰ ਰੋਜ਼ ਕਰਦਾ? ਕਹਿੰਦਾ ਹਾਂ ਕਰਦਾ ਹੈ, ਬਸ ਤੇਰੀ ਅਨਹਦ ਕਿੰਗਰੀ ਵੱਜਣੀ ਸ਼ੁਰੂ ਹੋਈ ਹੈ, ਹੋਰ ਹੋਰ ਵਿਆਸ ਜਿੰਨੇ ਨਹੀਂ ਸੁਣੀ ਜੀ ਦੇ ਨਹੀਂ ਵੱਜੇ ਉਹਨੂੰ ਕੀ ਪਤਾ। ਇਸ ਕਰਕੇ ਯਤਨ ਕਰੋ, ਗੁਰੂ ਚਰਨਾਂ ਚ ਬੇਨਤੀ ਕਰੋ, ਸਵੇਰ ਤੋਂ ਲੈ ਕੇ ਆਪ ਜੀ ਨੇ ਆਨੰਦ ਲਿਆ, ਬਾਣੀ ਪੜ੍ਹੀ, ਕੀਰਤਨ ਕੀਤਾ, ਕੀਰਤਨ ਸੁਣਿਆ, ਬਾਹਰਲੇ ਵਾਜੇ ਸੋ ਵਜਾਏ ਨੇ ਸੁਣੇ ਨੇ, ਪਰ ਇਹਨਾਂ ਵਾਜਿਆਂ ਨਾਲੋਂ ਜ਼ਿਆਦਾ ਆਨੰਦਦਾਇਕ ਆਪਣੇ ਆਪ ਵੱਜਣ ਵਾਲੇ ਵਾਜੇ ਪਰ ਭਾਗਾਂ ਵਾਲੀਆਂ ਆਤਮਾ ਦੇ ਘਰ ਵਿੱਚ ਵੱਜਣਗੇ, ਸਾਰਿਆਂ ਦੇ ਨਹੀਂ। ਇਹ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਹਨ। ਪਾਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਘਰ ਭਾਗਾਂ ਵਾਲਾ ਹੋਵੇਗਾ ਦੁਨਿਆਵੀ ਤੌਰ ਤੇ, ਘਰਾਂ ਵਿੱਚ ਆ ਦੋਹੜੇ ਰਿਕਾਰਡ ਵਾਜੇ ਵੱਜਦੇ ਨੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਆ ਦੁਨਿਆਵੀ ਵਾਜੇ ਮੇਰੇ ਮੋਹਨ ਕਿਰਪਾ ਕਰੀ ਮੇਰੀ ਕੰਨੀ ਇਹਨਾਂ ਦੀ ਆਵਾਜ਼ ਨਾ ਪਵੇ। ਜਿਹੜੇ ਗਾਉਣ ਵਾਲਿਆਂ ਵੀ ਤੇ ਸੁਣਨ ਵਾਲਿਆਂ ਵੀ ਭਾਵ ਅਜਾਏ ਵਿਅਰਥ ਜਾਣਾ,
ਇਹਨਾਂ ਆਵਾਜ਼ਾਂ ਤੋਂ ਰੋਕਿਆ ਜਿਹੜੇ ਦੁਨੀਆਂ ਦੇ ਲੋਕ ਵਜਾਉਂਦੇ ਨੇ ਘਰ ਸੁਭਾਗੇ ਸ਼ਬਦ ਵਾਜੇ, ਭਾਗਾਂ ਵਾਲੇ ਘਰਾਂ ਚ ਸ਼ਬਦ ਰੂਪੀ ਵਾਜੇ ਵੱਜੇ ਨੇ, ਪਰਮੇਸ਼ਰ ਦੇ ਨਾਮ ਰੂਪੀ ਜਸ ਰੂਪੀ ਵਾਜੇ ਵੱਜੇ ਨੇ। ਸੋ ਭਾ ਮੂੰਹ ਤੇ ਵੀ ਤੇ ਪਿੱਛੋਂ ਵੀ ਜਾ, ਝੂਠੇ ਵਾਜੇ ਨਹੀਂ। ਅਮਕੇ ਚੌਧਰੀ ਨੇ ਆਉਣਾ, ਉਹਦੇ ਲਈ ਵਾਜੇ ਵਜਾਓ, ਉਹਦੇ ਲਈ ਹਾਰ ਲੈ ਕੇ ਖਲੋਵੋ, ਤੇ ਜਦੋਂ ਚਲੇ ਗਿਆ ਤੇ ਮਗਰੋਂ ਗਾਲਾਂ ਕੱਢੋ। ਇਹੋ ਜੇ ਵਾਜਿਆਂ ਦੀ ਲੋੜ, ਇਹੋ ਜੇ ਜਸ ਦੀ ਲੋੜ ਨੀ, ਜਸ ਰੂਪੀ ਵਾਜੇ ਤੇ ਮੂੰਹ ਤੇ ਵੀ ਜਸ, ਪਿੱਛੋਂ ਵੀ ਕੀਰਤੀ, ਦੁਨੀਆਂ ਤੇ ਆਇਆ ਵੀ ਜਸ, ਸਰੀਰ ਛੱਡ ਕੇ ਤੇ ਫਿਰ ਵੀ ਜਸ, ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਇਹੋ ਜਿਹੇ ਵਾਜ ਜਸ ਰੂਪੀ, ਕੀਰਤ ਰੂਪੀ, ਨਾਮ ਰੂਪੀ, ਧੁਨੀ ਰੂਪੀ, ਤੇ ਗੁਰੂ ਦੀ ਕਲਾ ਕਿਰਪਾ ਬਖਸ਼ ਹੋਵੇ, ਫਿਰ ਉਹ ਘਰ ਪਾ ਭਾਗਾਂ ਵਾਲਾ ਬਣਦਾ ਹੈ। ਘਰ ਸੁਭਾਗੇ ਸਬਦ ਵਾਜੇ ਕਲਾ, ਸ਼ਕਤੀ ਬਖਸ਼ ਜਿੱਤ ਘਰ ਤੇ। ਆਮ ਇਹ ਸ਼ਬਦ ਮੂੰਹੋਂ ਘਰ ਨਿਕਲ ਜਾਂਦਾ ਹੈ ਘਰ, ਪਰ ਜਿੰਨਾ ਮਿਹਨਤ ਕੀਤੀ ਉਹੀ ਘਰ ਕਹਿਣਗੇ। ਸੋ ਘਰ ਸੁਭਾਗੇ ਸਬਦ ਵਾਜੇ ਕਲਾ, ਜਿੱਤ ਘਰ ਧਾਰੀਆ, ਘਰ ਧਾਰੀਆ ਨਿਕਲ ਜਾਂਦਾ ਹੈ। ਜਿਹੜਾ ਖਿਆਲ ਰੱਖਿਓ ਕਿਸ ਤਰ੍ਹਾਂ ਪੰਡ ਉਸ ਘਰ ਕਿਰਪਾ ਬਖਸ਼ ਹੋਈ, ਉਹਨਾਂ ਦੇ ਵਾਜੇ ਵੱਜੇ, ਉਹਨਾਂ ਨੇ ਆਨੰਦ ਲਿਆ ਹੈ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਾਲ ਜਿਹੜਾ ਕਿਸੇ ਨੂੰ ਬਖਸ਼ਦਾ ਨਹੀਂ, ਕੰਟਕ ਦੁਖਦਾਈ ਹੈ, ਹਰ ਇੱਕ ਨੂੰ ਮਾਰੀ ਜਾਂਦਾ ਹੈ। ਪਕੜ ਕੇ ਕਾਲ ਲੈ ਜਾਂਦਾ, ਜਮਾਂ ਦੇ ਵਸ ਪਾ ਦਿੰਦਾ, ਨਰਕਾਂ ਚ ਸੁੱਟ ਦਿੰਦਾ। ਸੋ ਉਹ ਪੰਚ ਦੂਤ ਕਾਮ ਕ੍ਰੋਧ ਲੋਭ ਹੰਕਾਰ ਵਸ ਕੀਤੇ, ਕਿੰਨੇ ਵਸ ਕੀਤੇ? ਗੁਰੂ ਦੀ ਕਲਾ ਨੇ, ਗੁਰੂ ਦੀ ਸ਼ਬਦ ਨੇ, ਗੁਰੂ ਦੀ ਕਿਰਪਾ ਨੇ, ਜਿਨ੍ਹਾਂ ਦੇ ਘਰ ਵਿੱਚ ਸ਼ਬਦ ਵੱਜੇ ਨੇ। ਤਾਂ ਬਾਣੀ ਰੂਪੀ ਜਾਪ ਹੁੰਦਾ ਹੈ, ਸੁੱਤੇ ਹੋਈ ਜਾਂਦਾ ਹੈ, ਯਤਨ ਦੀ ਲੋੜ ਨਹੀਂ, ਪਰ ਮਿਹਨਤ ਦੀ ਲੋੜ, ਇੰਨਾ ਸਮਾਂ ਲੱਗਦਾ ਹੈ। ਉਹਨਾਂ ਦੇ ਪੰਜ ਦੂਤ ਉਹਨਾਂ ਦੇ ਵਸ ਵਿੱਚ ਆ ਜਾਂਦੇ। ਕਾਮ ਦੇ ਵਿਕਾਰੀ ਨਹੀਂ ਹੁੰਦੇ, ਕ੍ਰੋਧ ਦੇ ਅਧੀਨ ਨਹੀਂ ਹੁੰਦੇ, ਲੋਭ ਦੇ ਮਗਰ ਨਹੀਂ ਭੱਜਦੇ, ਕਮਾਈ ਕਰਦੇ, ਉਦਮ ਕਰਦੇ, ਪਿਆਰ ਨਾਲ ਸਭ ਨਾਲ ਮਿਲ ਕੇ ਰਹਿੰਦੇ, ਮੋਹ ਦੇ ਵਸ ਨਹੀਂ, ਨਾ ਸਰੀਰਕ ਮੋਹ, ਨਾ ਸੰਬੰਧੀਆਂ ਦਾ ਮੋਹ। ਪੰਜ ਦੂਤ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਮਗਰ ਨਹੀਂ ਭੱਜਦੇ, ਉਹ ਇਹਨਾਂ ਦੇ ਮਗਰ ਆਉਂਦੇ ਨੇ। ਸੁਰਤਾਲ ਵਿਚਾਰ ਪੰਜ ਦੂਤ ਤੁਧ ਵਸ ਕੀਤੇ, ਤੇ ਦੁਖਦਾਈ ਕਾਲ ਕੰਟਕ ਦੁਖਦਾਈ ਉਸ ਨੂੰ ਮਾਰ ਲਿਆ, ਆਪਣੇ ਅਧੀਨ ਕਰ ਲਿਆ, ਜਿਨ੍ਹਾਂ ਦੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਿਰ ਤੇ ਮਿਹਰ ਭਰਿਆ ਹੱਥ ਦੀ ਖਰ ਹੱਦ ਰੱਖਿਆ, ਜਿਨ੍ਹਾਂ ਦਾ ਅੰਤਿਸ਼ ਕਰਨ ਸ਼ੁੱਧ ਹੋ ਗਿਆ ਸੀ। ਔਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਨਿਤ ਨੇਮ ਦੀ ਬਾਣੀ ਗੁਰਮੁਖੋ ਧਿਆਨ ਨਾਲ ਪੜੋ, ਸੁਰਤੀ ਨਾਲ ਸੁਣੋ ਕੀ ਕਹਿੰਦੀ, ਜਿਹੜੀ ਆਪਾਂ ਰੋਜ਼ ਪੜ੍ਹਨੀ ਹੈ। ਧੁਰ ਕਰਮ ਪਾਇਆ, ਧੁਰੋਂ ਹੀ ਕਰਮ, ਜੰਮਣ ਤੋਂ ਪਹਿਲਾਂ ਹੀ ਕਰਮ, ਸਾਡੇ ਮੱਥੇ ਤੇ ਲੇਖ ਜਿੰਨੇ ਪਾ ਦਿੱਤਾ ਕਰਤੇ ਪੁਰਖ ਨੇ, ਪਿਛਲੇ ਜਨਮਾਂ ਦੀਆਂ ਬੰਦਗੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਅਗਲਾ ਜਨਮ ਸਾਡਾ ਸਵਾਰਨ ਵਾਸਤੇ ਧੁਰ ਕਰਮ ਪਾਇਆ। ਤੁਧ ਜਿਨ ਕੋ, ਧੁਰੋਂ ਹੀ ਜਿਨ ਪਰਮੇਸ਼ਰ ਨੇ, ਕੀ ਹੋਇਆ? ਸੇ ਨਾਮ ਹਰ ਕੇ ਲਾਗੇ, ਉਹ ਹਰੀ ਦਾ ਨਾਮ ਜਪਣ ਲੱਗ ਗਏ, ਹਰੀ ਦਾ ਨਾਮ ਸੁਣਨ ਲੱਗ ਗਏ, ਹੁਣ ਦੀ ਕਿਰਤੀ ਬਣ ਗਈ, ਉਠਤ ਬੈਠਤ ਸੋਭਤ ਨਾਮ, ਜਿਨ੍ਹਾਂ ਦੇ ਮੱਥੇ ਦੇ ਧੁਰੋਂ ਲੇਖ ਚੰਗੇ ਸੀ। ਨਹੀਂ ਤੇ ਨਾਮ ਸੁਣਨਾ ਪੜ੍ਹਨਾ ਔਖਾ ਹੈ, ਬਾਕੀ ਦੁਨੀਆਂ ਦੀਆਂ ਗੱਲਾਂ ਸੌਖੀਆਂ ਸਮਝਦੇ ਨੇ। ਸਤਿਗੁਰੂ ਕਿਰਪਾ ਕਰੋ, ਆਪਣਾ ਜਾਣ ਕੇ ਤੇ ਨਾਮ ਦੀ ਦਾਤ ਬਖਸ਼ੋ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ, ਧੁਰ ਕਰਮ ਪਾਇਆ ਤੁਧ ਜਿਨ ਕਉ, ਤੇ ਨਾਮ ਹਰੀ ਦੇ ਨਾਲ ਲਾਗੇ, ਲੱਗ ਗਏ, ਜੁੜ ਗਏ, ਨਾਮ ਜਪਣ ਵਾਲਿਆਂ ਦੇ ਲਾਗੂ ਹੋ ਗਏ, ਨੇੜੇ ਹੋ ਗਏ। ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਇਹ ਪੰਜਵੀਂ ਪੌੜੀ ਸੀ ਨੰਦ ਸਾਹਿਬ ਜੀ ਦੀ, ਆਮ ਜਿਹੜੀਆਂ ਪ੍ਰਚਲਿਤ ਨੇ। ਕਹਿ ਕਹਿੰਦੇ ਨੇ ਕੌਣ? ਗੁਰੂ ਨਾਨਕ, ਉਹਨਾਂ ਦੇ ਤੀਜੇ ਸਰੂਪ ਗੁਰੂ ਅਮਰਦਾਸ। ਸੋ ਤਹਿ ਸੁਖ ਹੋਆ, ਕਿਹੜਾ ਸੁਖ? ਸੋ ਪੱਖੇ ਝੱਲਣ ਵਾਲੇ ਏਸੀ ਦਾ ਸੁਖ, ਰਜਾਈ ਦਾ ਨਿੱਘ, ਪਦਾਰਥ ਖਾਣ ਦਾ ਸੁੱਖ, ਵਿਸ਼ੇ ਸੁੱਖ, ਨਸ਼ੇ ਸੁੱਖ ਨਹੀਂ, ਸ਼ਾਂਤੀ ਤੇ ਸੰਤੋਖ ਵਾਲਾ ਸੁੱਖ। ਕਿਤ ਘਰ, ਉਹਨਾਂ ਦੇ ਘਰ ਅੰਤਿਸ਼ ਕਰਨ, ਅਨਹਦ ਵਾਜੇ ਵੱਜੇ, ਹੱਦ ਤੋਂ ਰਹਿਤ ਬਿਨਾਂ ਵਜਾਉਣ ਤੋਂ ਵੱਜੇ। ਉਹਨਾਂ ਨੇ ਬੜਾ ਭਾਰੀ ਸੁੱਖ ਮੰਨਣਾ ਕੀਤਾ, ਸਾਰੇ ਦੁਨੀਆਂ ਦੇ ਆਨੰਦ ਖੇੜੇ ਉਹਨਾਂ ਨੂੰ ਪ੍ਰਾਪਤ ਹੋਏ। ਨਿੱਤ ਦੀਵਾਲੀ ਸਾਧਕੇ ਤੋਂ ਪਹਿਰ ਬਸੰਤ,
ਇਹ ਪ੍ਰਾਪਤੀਆਂ ਹੁੰਦੀਆਂ ਹਨ। ਸਾਚੀ ਲਿਵੈ ਬਿਨ ਦੇਹ ਨਿਮਾਣੀ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਪਣੇ ਮੋਹਰੀ ਦੇ ਪੁੱਤਰ ਘਰ ਪੋਤਰਾ ਪੈਦਾ ਹੋਣ ਤੋਂ ਉਹਨੂੰ ਗੋਦੀ ਚ ਲੈ ਕੇ ਬਾਣੀ ਉਚਾਰੀ ਹੈ। ਇਸ ਬਾਣੀ ਦਾ ਨਾਂ ਆਨੰਦ, ਉਸ ਪੋਤਰੇ ਦਾ ਨਾਂ ਵੀ ਆਨੰਦ, ਆਨੰਦ ਰੱਖਿਆ। ਦੁਨੀਆਂ ਦੇ ਕਾਰ ਸਫਲੇ ਕਰਨ ਵਾਲੀ, ਆਨੰਦ ਦੇਣ ਵਾਲੀ ਬਾਣੀ, ਸੱਚੀ ਲਿਵ ਧੁਨੀ ਜੋੜੀ ਪਰਮੇਸ਼ਰ ਕਰਤੇ ਪੁਰਖ ਨਾਲ, ਬਾਣੀ ਨਾਲ, ਕੀਰਤਨ ਨਾਲ, ਕਥਾ ਨਾਲ, ਸਿਮਰ ਨਾਲ, ਸੱਚੀ ਲਿਵ। ਉਹ ਸੱਚੀ ਲਿਵ ਤੋਂ ਬਿਨਾ, ਸੱਚੀ ਧੁਨ ਤੋਂ ਬਿਨਾ, ਸੱਚੇ ਖਿਆਲ ਤੋਂ ਪੁਰਨੇ ਤੋਂ ਬਿਨਾ, ਦੇਹ ਨਿਮਾਣੀ ਇਹ ਸਰੀਰ ਪੰਜ ਭੌਤਿਕ, ਤੈਨੂੰ ਮਾਣ ਕਿਤੇ ਦੁਨੀਆਂ ਤੇ ਨਹੀਂ ਮਿਲ, ਜਿੱਥੇ ਮਰਜ਼ੀ ਚਲੀ। ਜਿਹੜਾ ਨਾਮ ਬਾਣੀ ਸਿਮਰਨ ਵਾਲਿਆਂ, ਸੱਚੀ ਧੁਨ ਵਾਲਿਆਂ ਨੂੰ ਨਾਮ ਮਿਲਣਾ, ਭਾਵ ਦਾਨ ਮਿਲਣਾ, ਨਾਮ ਮਿਲਣਾ, ਮਾਣ ਮਿਲਣਾ, ਭਾਵੇਂ ਇਸ ਲੋਕ ਦੇ ਇੱਥੇ ਮਰਜ਼ੀ ਚਲੇ ਜਾਣ, ਭਾਵੇਂ ਪ੍ਰਲੋਕ ਵਿੱਚ ਚਲੇ ਜਾਣ, ਸੁਰੇਰੇ ਦਰਗੇ ਕਹੇ ਨਾ ਕਹੁ, ਆਓ ਬੈਠ ਆਦਰ ਸੁਭ ਦੇਉ, ਜਮ ਸਕਾਲ ਮਿਲੇ ਦੇ ਭੇਟ, ਸੇਵਕ ਨਿਤ ਹੋਈ। ਜੇ ਧਰਮਰਾਜ ਵਿਚਾਰੇ ਜਾਣ ਦੀ ਲੋੜ ਹੀ ਨਹੀਂ ਪੈਣੀ, ਜੇ ਚਲੇ ਗਏ ਤੇ ਧਰਮਰਾਜਾ ਅੱਗੋਂ ਉੱਠ ਕੇ ਸਰੋਪਾ ਲੈ ਕੇ ਸਤਕਾਰ ਨਾਲ ਮਿਲੂ, ਦੇਹ ਸਰੀਰ ਇੰਨਾ ਮਾਣ ਤੈਨੂੰ ਮਿਲੂ, ਇਸ ਸਰੀਰ ਨੂੰ ਉੱਥੇ ਜਾਣ ਦੀ ਲੋੜ ਨਹੀਂ ਪੈਣੀ, ਪਰ ਇਹ ਦੇਹ ਸਰੀਰ ਵੀ ਸੱਚੀ ਲੇਵ ਤੋਂ ਬਿਨਾਂ, ਸੱਚੀ ਧੁਨੀ ਤੋਂ ਬਿਨਾਂ, ਸੱਚੇ ਨਾਲ ਜੁੜਨ ਤੋਂ ਬਿਨਾਂ ਨਿਮਾਣੀ ਹੈ, ਇਹਨੂੰ ਕੋਈ ਮਾਣ ਸਤਕਾਰ ਨਹੀਂ ਮਿਲੇਗਾ। ਇਸ ਪ੍ਰਕਾਰ ਕਹਿੰਦੇ ਹਨ, ਦੇਹ ਨਿਮਾਣੀ ਲਿਵੈ ਵੱਜ ਹੋ, ਕਿਆ ਕਰੇ ਵਿਚਾਰੀ ਆ। ਵਿਚਾਰੀ ਦੇਹ ਕੀ ਕਰੂ, ਤੁਸੀਂ ਵਿਚਾਰਿਓ ਕੀ ਕਰੋਗੇ, ਇਹ ਦੇਹ ਨਿਮਾਣੀ, ਇਹਨੂੰ ਕੋਈ ਮਾਣ ਨੀ, ਖਿੰਡ ਭੰਗਰ ਦੁੱਖਾਂ ਦੀ ਖਾਣ, ਦੇਹ ਨਿਮਾਣੀ ਸੱਚੀ ਦੇਵ ਤੋਂ ਬਿਨਾਂ, ਸੱਚੀ ਧੁਨ ਤੋਂ ਬਿਨਾਂ, ਸੱਚੇ ਨੂੰ ਪੜਨ ਤੇ ਸੁਣਨ ਤੋਂ ਬਿਨਾਂ, ਸੱਚੇ ਦੀ ਚਰਨੀ ਲੱਗਣ ਤੋਂ ਬਿਨਾਂ, ਇਹ ਦੇਹੀ ਸਰੀਰ ਤੈਨੂੰ ਕੋਈ ਮਾਣ ਕਿਤੇ ਨੀ ਮਿਲਣਾ। ਤੂੰ ਕਾਹੀ ਗਰਭ ਹੈ ਬਾਬਲੀ ਆਕਲ, ਜਸ ਇੱਕ ਭਾਦੋ ਖੂਬ ਰਾਜ, ਤੂੰ ਤਿਸ ਤੇ ਖਰੀ ਸਾਵਲੀ, ਤੇਰੀ ਤੇ ਮਣਿਆਜ ਹੀ ਕੋਈ ਨੀ, ਕਦੋਂ ਕਿਹੜੇ ਸਰੀਰ ਕਿੰਦਰੇ ਨੇ ਜਵਾਬ ਦੇ ਦੇਣਾ। ਸੋ ਇਹਨੂੰ ਪਿਆ ਹੀ ਛੱਡ ਜਾਏ, ਇਹਨੂੰ ਕੂੜ ਬੋਲ ਕੇ ਖਵਾ ਲਈਏ, ਪਿਆ ਹੀ ਛੱਡ ਜਾਏ, ਇੱਥੇ ਪਈ ਰਹਿ ਜਾਣੀ ਹੈ, ਤੂੰ ਅੱਗੇ ਚਲੇ ਜਾਣਾ ਹੈ, ਜੀਵਾਤਮਾ ਨੇ ਨਿਮਾਣੀ ਹੈ, ਤੇਰਾ ਕੋਈ ਮਾਣ ਨੀ। ਇਸ ਪ੍ਰਕਾਰ ਸੱਚੀ ਧੁਨ ਲਿਵ ਤੋਂ ਬਿਨਾ, ਦੁੱਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ। ਮਨ ਨਾਮ ਹੁੰਦਾ ਜੰਗਲ ਦਾ, ਸੰਸਾਰ ਰੂਪੀ ਜੰਗਲ ਦੇ ਵਾਰੀਆ ਮਾਲਕ, ਨਿਰੰਕਾਰ ਦੁੱਧ ਬਾਜ ਤੇਰੇ ਵਿਆਹ, ਸਾਰੇ ਸੰਸਾਰ ਜੰਗਲ ਵਿਚ, ਸਾਰੀ ਸ੍ਰਿਸ਼ਟੀ ਵਿਚ ਤੇਰੇ ਵਰਗਾ ਸਮਰੱਥ ਕੋਈ ਨਹੀਂ, ਕੋਈ ਸਮਰੱਥ ਕਿਸੇ ਵਿਚ ਕੋਈ ਸਮਰੱਥਾ ਨਹੀਂ। ਕਿਰਪਾ ਕਰ, ਸੰਸਾਰ ਸਾਗਰ, ਸੰਸਾਰ ਸਮੁੰਦਰ, ਸੰਸਾਰ ਜੰਗਲ, ਉਧਿਆਨ ਵਸਣ ਸੰਸਾਰ ਨੂੰ ਸੰਬੰਧੀ ਸਮਾਨ ਸਿਆਲ ਕਰ। ਉਧਿਆਨ ਜੰਗਲ ਚ ਵਸਣ ਦੇ ਸਮਾਨ ਹੈ, ਕਿ ਸੰਸਾਰ ਚ ਵਸਣਾ, ਦੁਨੀਆਂ ਤੇ ਵਸਣਾ, ਜਿਵੇਂ ਜੰਗਲ ਵਿਚ ਸਿਆਲ, ਗਿੱਦੜ, ਖਰ ਹੈ, ਖੋਤੇ ਤੇ ਸਵਾਨ, ਕੂਕਰ ਤੇ ਸੂਰ, ਹੋਰ ਤਰ੍ਹਾਂ ਤਰ੍ਹਾਂ ਦੇ ਜਾਨਵਰ ਹੁੰਦੇ ਨੇ, ਤਰ੍ਹਾਂ ਤਰ੍ਹਾਂ ਦੇ ਸੁਭਾਅ ਵਾਲੇ ਹੁੰਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਬੋਲੀਆਂ ਰਸਨਾਂ ਤੋਂ ਕੱਢਦੇ ਨੇ, ਤੇ ਉਹਨਾਂ ਦੀਆਂ ਸੋਂਡੀਆਂ ਪੈਣੀਆਂ ਤੇ ਸਹਾਰਨੀਆਂ ਪੈਣੀਆਂ, ਕਿਹਦੇ ਕਿਹਦੇ ਨਾਲ ਲੜੀ ਜਾਂਦੇ। ਸੰਸਾਰ ਜੰਗਲ ਦੇ ਵਿਚ ਵਸਣ ਦੇ ਸਮਾਨ ਹੈ, ਕੋਈ ਖੋਤੇ ਸੁਭਾਅ ਵਰਗਾ, ਕੋਈ ਗਿੱਦੜ ਸੁਭਾਅ ਵਰਗਾ, ਕੋਈ ਕੁੱਕਰ ਕੁੱਤੇ ਸੁਭਾਅ ਵਰਗਾ, ਇਧਰੋਂ ਭੌਂਕਣ ਵਾਲਾ, ਇਧਰੋਂ ਭਾਵ ਕੋਈ ਬੋਲਣ ਵਾਲਾ, ਤਰਕ ਮਾਰਨ ਵਾਲਾ, ਕੋਈ ਕੁਝ ਕਹਿਣ ਵਾਲਾ, ਕੋਈ ਕੁਝ ਕਹਿਣ ਵਾਲਾ, ਇਹ ਤਰਕਾਂ ਸਹਾਰਨੀਆਂ ਪੈਣੀਆਂ ਹੈ। ਹਾਰ ਜੋ ਹੋਇਆ, ਜੰਗਲ ਜੋ ਹੋਇਆ, ਇਸ ਪ੍ਰਕਾਰ ਹਜ਼ੂਰ ਸਮਝਾਉਂਦੇ ਨੇ। ਸੋ ਮਹਾਰਾਜ ਸਾਹਿਬ, ਤੇਰੇ ਤੋਂ ਬਿਨਾਂ ਕੋਈ ਸਮਰੱਥ ਨਹੀਂ, ਸਾਰੇ ਸੰਸਾਰ ਇਸ ਦੁਨੀਆਂ ਦੇ ਇਸ ਜੰਗਲ ਭਾਵ ਇਸ ਬਨ ਵਿਚ, ਇਸ ਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀ ਆ। ਇਹ ਦੇਹੀ ਸਰੀਰ ਆਤਮਾ ਦੇ ਸੁਖ ਚਾਹੁੰਦੀ ਹੈ, ਤੇ ਇਸ ਨੂੰ ਤੇਰੇ ਲਈ ਹੋਰ ਕੋਈ ਥਾਂ ਨਹੀਂ, ਕੇਵਲ ਗੁਰੂ ਕੀ ਸੰਗਤ, ਗੁਰੂ ਕੀ ਬਾਣੀ, ਪਰਮੇਸ਼ਰ ਦਾ ਨਾਂ ਹੀ ਹੈ। ਇਹ ਸ਼ਬਦ ਨਾਲ ਲੱਗਣਾ ਕਰ, ਜੁੜਨਾ ਕਰ, ਆਪਣੀ ਵਿਗੜੀ ਸਵਾਰ ਲਾ, ਪਿਛਲੇ ਜਨਮਾਂ ਦੀ ਮੈਲ ਲਾ ਲਾ, ਸੁਰਖਰੂ ਹੋ ਜਾ ਆਉਣ ਵਾਲੇ ਸਮੇਂ ਦੀ। ਇਹ ਤੇਰੀ ਅਵਸਰੇ ਹੀ ਤੇਰੀ ਬਾਰ, ਘਰ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੇ ਹਾਰ, ਬਹੁਵਿਧ ਕਹਿਓ ਪੁਕਾਰ ਪੁਕਾਰ। 1430 ਅੰਗ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ,
ਦਸਮ ਦੀ ਬਾਣੀ ਭਾਈ ਗੁਰਦਾਸ ਰਹਿਤ ਨਾਮੇ ਇਹ ਕਿੰਤੂ ਪਰੰਤੂ ਵਾਲਿਆਂ ਦੇ ਮਗਰ ਨਹੀਂ ਲੱਗਣਾ। ਇਸ ਪ੍ਰਕਾਰ ਇਹ ਸਾਰੇ ਗ੍ਰੰਥ ਮਹਾਰਾਜ ਸਾਹਿਬ ਨੇ ਸਾਡੇ ਲਈ ਸਿੱਖਾਂ ਲਈ ਬਚ ਇਸ ਪ੍ਰਕਾਰ ਸ਼ਬਦ ਨਾਲ ਜੁੜਨਾ ਕਰਕੇ ਨੂੰ ਸਮਝਾ ਰਹੇ ਨੇ। ਸਵਾਰ ਲੈਣਾ ਕਰ ਆਪਣੀ ਜ਼ਿੰਦਗੀ ਨੂੰ। ਕਹਿ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ। ਕਹਿ ਰਹੇ ਨੇ ਗੁਰੂ ਨਾਨਕ ਦੀ ਤੀਜੀ ਜੋਤ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੀਜੀ ਜੋਤ, ਦਸਵੇਂ ਪਾਤਸ਼ਾਹ ਦਸਵੇਂ ਨਾਨਕ ਦਸੇ ਸਰੂਪ ਗੁਰੂ ਨਾਨਕ ਹੀ ਹਨ। ਰਾਜੇ ਜਨਕ ਦੀ ਗੱਦੀ ਚੱਲੀ ਤੇ 53ਵਾਂ ਜਨਕ ਸੀ ਤ੍ਰੇਤੇ ਯੁੱਗ ਵਿਚ, ਜਿਹਦੀ ਪੁੱਤਰੀ ਰਾਮ ਚੰਦਰ ਨੇ ਵਿਆਹੀ ਤੇ ਜਿਹੜਾ ਉਹਦੀ ਗੱਦੀ ਤੇ ਬਹਿੰਦਾ ਉਹਨੂੰ ਜਨਕ ਕਹਿੰਦੇ, ਨਾ ਉਹਦਾ ਕੋਈ ਹੋਰ ਪਰ ਉਹਨੂੰ ਜਨਕ ਜਿਹੜਾ ਗੱਦੀ ਤੇ ਬਹਿੰਦਾ। ਇਹ ਜੋਤਾਂ ਸਭ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ, ਤੀਜੇ ਨਾਨਕ ਚੌਥੇ ਨਾਨਕ ਪੰਜਵੇਂ ਨਾਨਕ, ਤਾਂ ਭਾਵੇਂ ਗੁਰੂ ਅਮਰਦਾਸ, ਸੰਤ ਸਾਹਿਬ, ਗੁਰੂ ਅਰਜਨ ਦੇਵ, ਹਰਗੋਬਿੰਦ ਵੱਖਰੇ ਵੱਖਰੇ। ਇਸ ਪ੍ਰਕਾਰ ਕਹੇ ਨਾਨਕ ਸਰੋਪਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚਰਨਾ ਉਹਨਾਂ ਦੇ ਅੱਗੇ ਬੇਨਤੀ ਲਿਵੇ ਬੱਜ ਹੋ। ਸੱਚੀ ਲਿਵ ਤੋਂ ਬਿਨਾਂ, ਸੱਚੀ ਮਨ ਦੀ ਧੁਨੀ ਤੋਂ ਬਿਨਾਂ, ਸੱਚੇ ਨਾਲ ਚਿੱਤ ਜੋੜਨ ਤੋਂ ਬਿਨਾਂ ਕਿਆ ਕਰੇ ਵਿਚਾਰੀਆ, ਵਿਚਾਰਿਆ ਤੂੰ ਕੀ ਕਰ ਸਕਦਾ, ਕੀ ਬਲ ਤੇਰੇ ਵਿੱਚ। ਇਹ ਸੱਚੀ ਲਿਵ ਧੁਨੀ ਤੇਰੇ ਮਨ ਚ ਜਾਗਣੀ ਚਾਹੀਦੀ, ਸਦਾ ਤੁਰਨਾ ਚੰਗਾ ਹੋਣਾ ਚਾਹੀਦਾ। ਸਰੀਰ ਵਿਚਾਰੇ ਦੇ ਵੱਸ ਵੀ ਕੁਛ ਨਹੀਂ, ਸੰਗਤ ਚ ਬੈਠੇ ਆ ਫੁਰਨਾ ਆਇਆ ਉੱਠ ਕੇ ਤੁਰ ਪਏ, ਘਰ ਬੈਠੇ ਆ ਫੁਰਨਾ ਆਇਆ ਉੱਠ ਕੇ ਤੁਰ ਪਏ, ਚੰਗੇ ਪਾਸੇ ਜਾਂ ਮਾੜੇ ਪਾਸੇ ਜਿਹੋ ਜਿਹਾ ਫੁਰਨਾ ਆਇਆ। ਇਸ ਪ੍ਰਕਾਰ ਸੱਚੀ ਲੇਵ, ਸੱਚੀ ਧੁਨ ਤੇਰੀ ਮਨ ਆਤਮਾ ਅੰਦਰ ਲੱਗਣੀ ਚਾਹੀਦੀ ਹੈ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਸੱਚੇ ਪਾਤਸ਼ਾਹ ਕਹਿੰਦੇ ਆਨੰਦ, ਆਨੰਦ ਤਾਂ ਸਾਰੇ ਕਹਿੰਦੇ, ਨਸ਼ੇ ਵਰਤ ਵਾਲਿਆਂ ਨੂੰ ਆਪਣਾ ਆਨੰਦ, ਵਿਸ਼ਿਆਂ ਵਾਲਿਆਂ ਨੂੰ ਆਪਣਾ ਆਨੰਦ, ਘੜੀ ਮੋਹਤ ਰੰਗ ਮਾਣੇ ਫਿਰ ਬਹੁਤ ਬਹੁਤ ਪਛਤਾ। ਇਹੋ ਜਿਹਾ ਆਨੰਦ, ਕੁੱਤੇ ਦੇ ਹੱਡੀ ਚੱਪਣ ਨੂੰ ਆਪਣਾ ਆਨੰਦ, ਪੱਖੀ ਨੂੰ ਵਿਸ਼ਟਾ ਫੁਲਣ ਦਾ ਆਪਣਾ ਆਨੰਦ, ਪਾਪੀ ਭਗਤਨ ਭਾਵਈ ਹਰ ਪੂਜਾ ਨਾ ਸੁਹਾਏ, ਬਾਕੀ ਚੰਦਨ ਪਰ ਹਰੇ ਜਹਾਂ ਦਿਗੰਧ ਤਹਿ ਜਾਏ। ਬਾਣੀ ਦੀ ਪੰਕਤੀ ਹੈ, ਇੱਕ ਪਾਸੇ ਗੰਧ ਪਿਲ ਜਿਹਾ ਪਿਆ, ਇੱਕ ਪਾਸੇ ਚੰਦਨ ਪਿਆ, ਬੜਾ ਠੰਡਾ ਤੇ ਸੁਗੰਧੀ ਵਾਲਾ। ਤੁਸੀਂ ਵੇਖੋ ਮੱਖੀ ਕਿਹਨੂੰ ਪਛੰਦ ਕਰਦੀ, ਮੱਖੀ ਦਾ ਤੇ ਪ੍ਰਮਾਣ ਦਿੱਤਾ ਨਾ, ਸਮਝਾਇਆ ਤੇ ਬੰਦੇ ਨੂੰ, ਮੱਖੀ ਨੂੰ ਨੰਦ ਉਸ ਸੋ ਮਾੜੀ ਵਸਤੂ ਤੋਂ ਹੀ ਹੈ, ਤੇ ਪਰਮੇਸ਼ਰ ਦੇ ਪਿਆਰਿਆਂ ਨੂੰ, ਮੱਖੀ ਵਰਗਿਆਂ ਨੂੰ ਤੇ ਪਰਮੇਸ਼ਰ ਦੇ ਪਿਆਰਿਆਂ ਨੂੰ ਚੰਦਨ ਤੋਂ ਨੰਦ। ਚੰਦਨ ਗੁਰੂ ਕੀ ਸੰਗਤ ਹੈ, ਇਹ ਗੁਰੂ ਕਾ ਬਾਗ ਹੈ, ਤੇ ਵਿਸ਼ਤੇ ਗੰਧ ਪਿਲ ਵਰਗੀ ਕੁਸੰਗਤ ਹੈ, ਨਸ਼ਿਆਂ ਦੇ ਵਿਸ਼ਿਆਂ ਦੇ ਗੁਲਤਾਨ ਜਿਹੜੇ ਨੇ। ਵੇਖੋ ਕਿਹਨੂੰ ਕੀ ਪਸੰਦ ਹੈ, ਕਲੱਬਾਂ ਚ ਜਾਣਾ ਪਸੰਦ ਹੈ ਕਿ ਸੰਗਤ ਚ ਆਉਣਾ ਪਸੰਦ ਹੈ। ਇਸ ਪ੍ਰਕਾਰ ਸੋ ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਜਿਹਨੂੰ ਜਿੱਥੇ ਆਨੰਦ ਆਉਂਦਾ ਉਹਦਾ ਉੱਥੇ ਚਿੱਤ ਲੱਗਦਾ ਹੈ, ਜਿੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ, ਕੋਈ ਵੱਲ ਛਲ ਕਰ ਝੱਟ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ। ਉਹਨਾਂ ਨੂੰ ਉੱਥੇ ਨੰਦ, ਜਿੱਥੇ ਗੱਪਾਂ ਵੱਜਦੀਆਂ, ਝੂਠ ਬੋਲੀ ਦਾ ਚੂਲੀ ਦਿੰਦੇ ਆ ਹੁੰਦੀ, ਥੋੜੇ ਰਿਕਾਰਡ ਵੱਜਦੇ ਨਾਚ ਹੁੰਦਾ, ਉਹਨਾਂ ਨੂੰ ਉੱਥੇ ਆਨੰਦ ਹੈ। ਆਨੰਦ ਵਿੱਚ ਕਿੰਨਾ ਭਾਰੀ ਫਰਕ ਹੈ, ਠੂਠੇ ਦੇ ਪਿਆਲੇ ਤੇ ਪਾਣੀ ਵਰਗਾ ਆਨੰਦ, ਵਗਦੇ ਨਾਲੇ ਵਰਗਾ ਆਨੰਦ, ਬਰਸਾਤੀ ਨਾਲੇ ਵਰਗਾ ਆਨੰਦ, ਨਹਿਰ ਤਥਾ ਦਰਿਆ ਵਰਗਾ ਆਨੰਦ, ਸਮੁੰਦਰ ਵਰਗਾ ਆਨੰਦ, ਜਿਹੜਾ ਕਦੇ ਮੁੱਕਣਾ ਨਹੀਂ, ਬ੍ਰਹਮਾਨੰਦ ਉਸ ਨੂੰ ਕਹਿੰਦੇ। ਇਸ ਪ੍ਰਕਾਰ ਆਨੰਦ ਆਨੰਦ ਸਭ ਕੋ ਕਹੇ, ਜਿੱਥੇ ਕਿਸੇ ਦਾ ਮਨ ਲੱਗਾ ਦੂਜਾ ਉਹਨੂੰ ਗਿਆਨ ਨਹੀਂ, ਖੂਹ ਦੇ ਡੱਡੂ ਨੂੰ ਖੂਹ ਦੇ ਪਾਣੀ ਚ ਆਨੰਦ, ਕਦੇ ਸਮੁੰਦਰ ਦਾ ਡੱਡੂ ਦੇਵ ਨੇਤ ਨਾਲ ਹੜ੍ਹ ਆਉਣ ਤੋਂ ਰੁੜ ਕੇ ਖੂਹ ਚ ਪੈ, ਖੂਹ ਚ ਅੱਗੇ ਡੱਡੂ ਸੀ, ਪੁੱਛਣ ਲੱਗਾ ਭਰਾਵਾ ਤੂੰ ਕਿੱਥੋਂ ਆਇਆ, ਕਹਿੰਦਾ ਮੈਂ ਸਮੁੰਦਰ ਚੋਂ ਆਇਆ। ਸੋ ਉਹ ਕਹਿੰਦਾ ਸਮੁੰਦਰ ਕਿੱਡਾ ਕਿ ਆਇਆ, ਕਹਿੰਦਾ ਬਹੁਤ ਵੱਡਾ, ਉਹਨੇ ਛਾਲ ਮਾਰੀ ਖੂਹ ਦੀ ਮਨ ਤੋਂ ਅਗਲੇ ਪਾਸੇ ਥੋੜਾ ਜਿਹਾ ਹੋ ਗਿਆ, ਕਹਿੰਦਾ ਇੰਨਾ ਹੋਵੇਗਾ, ਕਹਿੰਦਾ ਨਹੀਂ ਨਹੀਂ ਵੱਡਾ ਹੈ, ਉਹਨੇ ਹੋਰ ਛਾਲ ਮਾਰੀ ਏਦਾਂ ਹੋਵੇਗਾ, ਨਹੀਂ ਵੱਡਾ ਹੈ, ਉਹਨੇ ਤੀਜੀ ਮਾਰੀ ਅਗਲੇ ਮਨ ਨਾ ਜਾ ਲੈ। ਸੋ ਸਮੁੰਦਰ ਦਾ ਡੱਡੂ ਕਹਿੰਦਾ ਨਹੀਂ ਉਹ ਬਹੁਤ ਵੱਡਾ, ਕਹਿੰਦਾ ਜਾ ਤੂੰ ਝੂਠ ਬੋਲਦਾ, ਇਹ ਤੂੰ ਵੱਡਾ ਬਾਦ ਪਾਣੀ ਕਿਤੇ ਹੈ ਹੀ, ਕਿਉਂ ਉਹਨੇ ਵੇਖਿਆ ਜੋ ਨਹੀਂ, ਅਸੀਂ ਹਾਂ ਗ੍ਰਹਿ ਰੂਪੀ ਖੂਹ ਦੇ ਡੱਡੂ, ਸਾਡਾ ਆਨੰਦ ਹੈ ਬਸ ਪੜ੍ਹਾਈ ਕਰ ਲਈ, ਨੌਕਰੀ ਕਰ ਲਈ, ਸ਼ਾਦੀ ਕਰਵਾ ਲਈ, ਬੱਚੇ ਪੈਦਾ ਕਰ ਲਏ, ਇੰਨੇ ਕੁ ਆਨੰਦ ਜੀ ਫਸਦੇ,
ਅਸੀਂ ਬ੍ਰਹਮਾਨੰਦ ਨੂੰ ਜਾਣਦੇ ਨਹੀਂ ਉਹ ਕੀ ਹੁੰਦਾ ਹੈ। ਇਸ ਪ੍ਰਕਾਰ ਇਹ ਜਿਨ੍ਹਾਂ ਨੂੰ ਆਇਆ ਉਸ ਆਨੰਦ ਨੂੰ ਉਹੀ ਜਾਣਦੇ ਤੇ ਕਹਿਣਾ ਪੈ ਗਿਆ, ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਚੜਰਸਨਾ ਤੋਂ ਗੁੰਗਾ ਹੈ, ਉਹਨੂੰ ਪੁੱਛੋ ਵੀ ਤੂੰ ਗੁੜ ਮਿੱਠਾ ਖਾਧਾ ਕਿੰਨਾ ਕੁ ਸਵਾਦ ਹੈ। ਹੁਣ ਰਸਨਾ ਬੋਲ ਨਹੀਂ ਸਕਦੇ, ਦੱਸੇ ਕਿ ਇੰਨਾ ਆਨੰਦ ਹੈ ਸੱਕਰ ਖੰਡ ਨਿਵਾਤ ਗੁੜ ਬਾਕੀ ਉਹ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਸੁੱਧ। ਫਰੀਦ ਜੀ ਕਹਿੰਦੇ ਰੱਬ ਦੇ ਪਰਮੇਸ਼ਰ ਦੇ ਨਾਮ ਜਿੰਨਾ ਸਵਾਦ ਕਿਸੇ ਮਿੱਠੇ ਵਿੱਚ ਨਹੀਂ, ਨਾ ਮਿਸ਼ਰੀ ਵਿੱਚ ਹੈ ਨਾ ਸ਼ਹਿਦ ਵਿੱਚ ਹੈ, ਸੋ ਨਾ ਖੰਡ ਤੇ ਨਾ ਭਾਵ ਦੁੱਧ ਵਿੱਚ ਹੈ। ਜੋ ਆਨੰਦ ਉਹਦੇ ਨਾਮ ਵਿੱਚ ਸਰੂਰ ਆਉਂਦਾ ਹੈ, ਆਨੰਦ ਆਉਂਦਾ ਹੈ, ਖੇੜਾ ਆਉਂਦਾ ਹੈ, ਮਸਤੀ ਆਉਂਦੀ ਹੈ, ਰੋਗ ਕੋਈ ਨਹੀਂ, ਰੋਗ ਕੱਟੇ ਜਾਂਦੇ। ਆਨੰਦ ਆਨੰਦ ਸਭ ਕੋ ਕਹੇ, ਜੋਗਾ ਆਨੰਦ ਭੋਗਾ ਆਨੰਦ ਨਹੀਂ, ਇਹ ਆਨੰਦ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸਰੀਰ ਪੀੜਤ ਨਹੀਂ ਹੋਣਾ, ਕੋਈ ਦੁੱਖ ਨਹੀਂ ਹੋਣਾ, ਆਨੰਦ ਆਨੰਦ ਸਭ ਕੋ ਕਹੇ, ਪਰ ਉਹ ਆਨੰਦ ਜਿਹੜਾ ਹੈ ਗੁਰੂ ਤੇ ਜਾਣਿਆ, ਉਹ ਗੁਰੂ ਨੂੰ ਪਤਾ ਜਾਂ ਜਿਹਨੂੰ ਗੁਰੂ ਦੇਵੇ ਉਹਨੂੰ ਪਤਾ, ਦੂਜਾ ਦੱਸ ਵੀ ਨਹੀਂ ਸਕਦਾ, ਉਹਨੂੰ ਕੀ ਪਤਾ ਕਿਹੜਾ ਆਨੰਦ। ਇਹ ਮਹਾਤਮਾ ਪਰਮੇਸ਼ਰ ਦੇ ਪਿਆਰਿਆਂ ਨੂੰ ਆਉਂਦਾ ਹੈ, ਜਿਵੇਂ ਮਹਾਂਪੁਰਖਾਂ ਨੂੰ ਕਿਹਾ ਸੀ ਇਹ ਲੜਦੇ ਨਾ, ਜਥੇਦਾਰੀ ਚਾਹੀਦੀ ਹੈ, MLA ਚਾਹੀਦੀ ਹੈ। ਪੁੱਤਰ ਮਿਲਿਆ ਸੀ ਜਿਸ ਥਾਂ ਤੇ ਮੈਂ ਬੈਠਾ ਨਾ, ਸਤਿਗੁਰੂ ਨੇ ਇਹਦੇ ਮਗਰ ਤੁਹਾਡੇ ਸਾਰੇ ਦੁਨੀਆ ਦੇ ਕਰੋੜਾਂ ਜਨਮਾਂ ਦੇ ਰਾਜ ਵੀ ਨਹੀਂ, ਤੁਸੀਂ ਭੁਲੇਖੇ ਵਿੱਚ ਇਹਨੂੰ ਛੱਡ ਕੇ ਆ ਦੁਨੀਆਂ ਦਾ। ਸੋ ਇਹ ਇਹਨਾਂ ਨਾਲੋਂ, ਇਹਨਾਂ ਰਾਜਿਆਂ ਨਾਲੋਂ, ਇਸ ਕੁਰਸੀ ਨਾਲੋਂ, ਇਸ ਆਨੰਦ ਨਾਲੋਂ ਲਿਖੇ ਰਾਜ ਤੇ ਅੰਧਲਾ ਭਾਰੀ, ਦੁੱਖ ਲਾਗੇ ਰਾਮ ਨਾਮ ਚਤਾਰੀ। ਅੰਨਾ ਵੀ ਚੰਗਾ ਹੈ, ਮੰਗਤਾ ਵੀ ਚੰਗਾ ਹੈ, ਇਹ ਦੁਨੀਆਂ ਦੇ ਰਾਜਿਓ ਜਿਹੜੇ ਰਾਤ ਪਾਪ, ਜਿਹੜੇ ਰਾਤ ਚੂਰ ਹੁੰਦੇ ਨੇ, ਰਾਤ ਹੇਰਾ ਫੇਰੀਆਂ, ਇਹ ਆਨੰਦ ਪਰ ਉਹ ਉੱਥੇ ਹੀ ਲੱਗੇ, ਉਹਨਾਂ ਨੂੰ ਉਹੀ ਆਨੰਦ ਮੱਖੀ ਦੀ ਤਰ੍ਹਾਂ ਪਸੰਦ ਹੈ, ਉਹ ਕਿਲ ਕਿਲ ਉੱਥੇ ਮਰੀ ਜਾਂਦੇ ਹੈ, ਅਗਲੇ ਪਾਸੇ ਦਾ ਪਤਾ ਹੀ ਨਹੀਂ ਕਿ ਉਹ ਆਨੰਦ ਕਿਹੜਾ ਹੈ। ਹਰ ਉਹ ਵਿਚਾਰ ਜਿੱਥੇ ਕਿਸੇ ਦਾ ਮਨ ਬਣਿਆ ਲੱਗਾ ਉਹਨੂੰ ਉੱਥੇ ਦਾ ਪਤਾ, ਉਹ ਖੂਹ ਦੇ ਡੱਡੂ ਤੋਂ ਅਗਲੇ ਸਮੁੰਦਰ ਦਾ ਉਹਨੂੰ ਗਿਆਨ ਹੀ ਨਹੀਂ। ਉਹ ਫਿਰ ਕਹਿੰਦਾ ਤੂੰ ਝੂਠਾ ਹੀ ਆ, ਸਭ ਕੁਛ ਇੱਥੇ ਹੀ ਹੈ, ਨਹੀਂ ਨਹੀਂ ਅੱਗੇ ਤੋਂ ਅੱਗੇ ਵਧਣਾ ਕਰੋ, ਆਨੰਦ ਲੈਣਾ ਕਰੋ ਗੁਰੂ ਬਾਣੀ ਪਰਮੇਸ਼ਰ ਦੇ ਨਾਮ ਦਾ। ਇਸ ਪ੍ਰਕਾਰ ਇੱਕ ਮਹਾਤਮਾ ਹੋਏ ਨੇ, ਇੱਕ ਪੰਕਤੀ ਦੇ ਮੂੰਹ ਚੜ ਗਈ ਤੇ ਉਹਨੂੰ ਹੀ ਪਤਾ ਨੀ ਕਿੰਨੀ ਵਾਰਾਂ ਜਪਣਾ, ਉਹਦਾ ਸਵਾਦ ਲੈਣਾ, ਉਹਦਾ ਰਸ ਲੈਣਾ, ਉਹਦਾ ਆਨੰਦ ਲੈਣਾ। ਆਨੰਦ 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 ਆਨੰਦ, ਕਿੰਨਾ ਆਨੰਦ ਜਿਹੜਾ ਦੱਸਿਆ ਨੀ ਜਾ ਸਕਦਾ। ਇਹ ਗੁਰੂ ਤੋਂ ਜਾਣਿਆ, ਗੁਰੂ ਅਮਰਦਾਸ ਪਾਸੋਂ ਹੀ ਜਾਣਿਆ, ਗੁਰੂ ਗ੍ਰੰਥ ਸਾਹਿਬ ਤੋਂ ਹੀ ਪੁੱਛਿਆ ਹੈ। ਇਸ ਪ੍ਰਕਾਰ ਕਹਿੰਦੇ ਹਨ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਇਹ ਪਿਆਰੇ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਇਹ ਆਨੰਦ ਗੁਰੂ ਤੋਂ ਜਾਣਿਆ ਜਾਂਦਾ ਹੈ, ਆਪਣੇ ਪਿਆਰਿਆਂ ਨੂੰ ਆਨੰਦ ਦੇ ਦੇਵੋ, ਆਨੰਦ ਬਖਸ਼ ਕਰ ਦੇਵੋ, ਨਿੱਤ ਦੀਵਾਲੀ ਸਾਜ ਕੇ ਅੱਠੋ ਪਹਿਰ ਬਸੰਤ ਵਾਲਾ ਆਨੰਦ ਦੇ ਦੇਵੋ। ਇਸ ਪ੍ਰਕਾਰ ਆਪ ਜੀ ਕਹਿੰਦੇ ਹਨ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਮਹਾਰਾਜ ਸਾਹਿਬ ਕਰ ਕਿਰਪਾ, ਕਿਰਪਾ ਕਰਕੇ ਬਖਸ਼ ਕਰਕੇ, ਇਹ ਆਨੰਦ ਫੁੱਲ ਤੋਂ ਨੀ ਮਿਲਦਾ, ਇਹ ਆਨੰਦ ਹੋਰ ਕਿਤੇ ਨੀ ਮਿਲਦਾ, ਸਿਰ ਦੇ ਕੇ ਮਿਲਦਾ ਹੈ। ਫਿਰ ਕਿਹੜਾ ਹੰਕਾਰ ਰੂਪ ਮਾਣ ਰੂਪੀ ਮੈਂ ਵਾਲਾ, ਇਹ ਸਿਰ ਦੇਣਾ ਪੈਂਦਾ ਹੈ। ਕਰ ਕਿਰਪਾ ਤੇ ਕਿਲ ਵਿਖ ਪਾਪ, ਕਿਲ ਨਿਹਚੇ ਕਰਕੇ ਵਿਖ ਜ਼ਹਿਰ ਵਰਗੇ, ਉਹ ਪਾਪ ਕੱਟੇ ਗਏ ਕਦੋਂ, ਜਦੋਂ ਗਿਆਨ ਅੰਜਨ ਸਾਰਿਆ। ਅੰਜਨ ਨਾਮ ਹੈ ਸੁਰਮੇ ਦਾ, ਤੇ ਸੁਰਮਾ ਗਿਆਨ ਰੂਪੀ ਸਾਰਿਆ ਮਸ ਮਸ ਬੁੱਧ ਰੂਪੀ ਨੇਤਰਾਂ ਚ ਪਾਇਆ। ਪ੍ਰਦਖ ਦੁਨੀਆਂ ਦੇ ਲੋਕ ਸੁਰਮਾ ਨੇਤਰਾਂ ਚ ਪਾਉਂਦੇ ਨੇ, ਕਈ ਨੇਤਰ ਖਰਾਬ ਕਰ ਬਹਿੰਦੇ ਨੇ। ਜੇ ਪਹਿਲੋਂ ਖਰਾਬ ਹੋਣ, ਚੰਗਾ ਸੁਰਮਾ ਹੋਵੇ, ਧੁੰਦ ਜਾਲਾ ਮਿਟ ਜਾਂਦਾ, ਸਾਫ ਦਿਸਣ ਲੱਗ ਜਾਂਦਾ। ਜੇ ਨਹੀਂ ਸਾਫ ਦਿਸਦਾ, ਆਨੰਦ ਦਾ ਨਹੀਂ ਪਤਾ ਲੱਗਦਾ, ਤੇ ਗੁਰੂ ਚਰਨਾਂ ਚ ਬੇਨਤੀ ਕਰੋ, ਗਿਆਨ ਅੰਜਨ ਗੁਰ ਦੀ ਆ, ਅਗਿਆਨ ਅਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼। ਗਿਆਨ ਰੂਪੀ ਅੰਜਨ ਸੁਰਮਾ ਬਖਸ਼ੋ, ਅਗਿਆਨ ਰੂਪੀ ਨੇਤਰ ਸਭਾਵ ਸਾਡਾ ਹਨੇਰਾ ਮਿਟ ਜਾਵੇ, ਮਤ ਬੁੱਧ ਰੂਪੀ ਨੇਤਰਾਂ ਚ ਭੈ ਗਈਆਂ ਦੇ ਸੜਾਈਆਂ ਨੈਣੀ, ਭਾਵ ਕਾ ਕਰ ਸੀਗਾ। ਪ੍ਰਤੱਖ ਬੀਬੀਆਂ ਸੁਰਮਾ ਪਾਉਂਦੀਆਂ ਨੇ ਆਪਣੇ ਪਤੀ ਦੀ ਪ੍ਰਸੰਨਤਾ ਲਈ, ਹਜ਼ੂਰ ਕਹਿੰਦੇ ਪਤੀ ਦੇ ਭੈ ਅਦਬ ਸਤਿਕਾਰ ਵਾਲੀਆਂ ਭਾਵ ਸੁਣਾਈਆਂ, ਬਦ ਬੁੱਧ ਰੂਪੀ ਨੇਤਰਾਂ ਚ ਭਾਵ,
ਤੇ ਪਤੀ ਦੀ ਭਾਵਨਾ ਵਾਲਾ ਸ਼ਿੰਗਾਰ ਕਰ। ਸਾਡਾ ਪਤੀ ਪਰਮੇਸ਼ਰ ਕਾਲ ਪੁਰਖ ਹੈ, ਉਹਦੀ ਭਾਵਨਾ ਵਾਲਾ, ਉਹਦੀ ਆਗਿਆ ਚ ਰਹਿਣ ਵਾਲਾ, ਗਿਆਨ ਰੂਪੀ ਅੰਜਨ ਸੁਰਮਾ ਸਤਿਗੁਰੂ ਤੁਸੀਂ ਦੇਣ ਵਾਲੇ ਹੋ। ਇਹ ਕਿਸੇ ਦੁਕਾਨ ਤੋਂ ਨਹੀਂ ਮਿਲਣਾ, ਡਾਕਟਰ ਪਾਸੋਂ ਨਹੀਂ ਮਿਲਣਾ, ਸਾਡੀ ਅਗਿਆਨਤਾ ਮਿਲ ਜਾਵੇ, ਹਨੇਰਾ ਦੂਰ ਹੋ ਜਾਵੇ, ਇਸ ਪ੍ਰਕਾਰ ਬੇਨਤੀ ਕਰਦੇ ਹਨ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਸ਼ਬਦ ਬ੍ਰਹਮ ਸਰੂਪ, ਗੁਰੂ ਕਾ ਸ਼ਬਦ ਉਪਦੇਸ਼, ਨਾਮ ਰੂਪ ਅੰਦਰੋਂ ਜਿਨ੍ਹਾਂ ਦਾ ਮੋਹ ਟੁੱਟ ਗਿਆ, ਸਰੀਰ ਦਾ, ਸੰਬੰਧੀਆਂ ਦਾ, ਪਰਿਵਾਰ ਦਾ, ਮਾਇਆ ਦਾ, ਹੋਰ ਦੁਨੀਆਂ ਦੇ ਵਸੋਂ, ਕਿਉਂਕਿ ਮੋਹ ਮਲ ਭਲਵਾਨ, ਮੋਹ ਮਲ ਬੇਵਸ ਕੀਓ, ਵਸ ਤੋਂ ਬੇਵਸ ਜੀਵ ਨੂੰ ਕਰ ਦਿੰਦਾ, ਪਸ਼ੂਆਂ ਤੇ ਪੰਖੀਆਂ ਨੂੰ ਵਸ ਤੋਂ ਬੇਵਸ ਕਰ ਦਿੰਦਾ, ਹਰ ਇੱਕ ਨੂੰ। ਇਸ ਪ੍ਰਕਾਰ ਸੋ ਅੰਦਰੋਂ ਜਿਨਕਾ ਮੋਹ ਟੁੱਟ ਚੁੱਕਾ ਹੈ ਤੇ ਪਿਆਰ ਦੇ ਰੂਪ ਚ ਬਦਲ ਗਿਆ, ਮਿਲ ਕੇ ਚੱਲਦੇ ਨੇ ਸਾਰਿਆਂ ਨਾਲ। ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਗੁਰੂ ਕੇ ਸ਼ਬਦ ਬ੍ਰਹਮ ਨੇ, ਸੱਚੇ ਉਪਦੇਸ਼ ਨੇ ਜ਼ਿੰਦਗੀ ਨੂੰ ਸਵਾਰ ਦੇਣਾ ਕੀਤਾ ਹੈ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਹਿ ਰਹੇ ਹਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਇਹ ਆਨੰਦ ਕਦੇ ਆਨੰਦ ਸੀ, ਹਰੇ ਰਾਮਾ ਹਰੇ ਕ੍ਰਿਸ਼ਨਾ ਜਪਣਾ ਤੇ ਲੂਣ ਹਲਦੀ ਮਿਰਚ ਮਸਾਲਾ ਵੇਚਣਾ ਕੋਕਾ ਦੇ, ਤੇ ਫਿਰ ਹਰੇ ਰਾਮਾ ਜਪਦਿਆਂ ਪੈਰੀ ਤੁਰ ਕੇ ਹਰਿਦਵਾਰ ਜਾਣਾ ਗੰਗਾ ਦੇ ਇਸ਼ਨਾਨ ਲਈ। 21 ਸਾਲ ਲਗਾ ਦਿੱਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ, ਪਰ ਉਹ ਆਨੰਦ ਉਦੋਂ ਹੀ ਸੀ, ਬਾਅਦ ਵਿੱਚ ਜਿਹੜਾ ਹੋਰ ਆਨੰਦ ਆਇਆ ਮੂਲ ਮੰਤਰ ਗੁਰ ਮੰਤਰ ਤੋਂ, ਗੁਰੂ ਅੰਗਦ ਸਾਹਿਬ ਦੀ ਚਰਨੀ ਲੱਗਣ ਤੋਂ, ਤੇ ਪਾਣੀ ਢੋ ਕੇ ਪਹਿਲਾ ਆਨੰਦ ਫਿਰ ਭੁੱਲ ਗਿਆ। ਹੁਣ ਪਹਿਲੇ ਆਨੰਦ ਦੀ ਲੋੜ ਹੀ ਨਹੀਂ ਰਹੀ, ਇਹ ਪਤਾ ਲੱਗ ਗਿਆ ਵੀ ਆਨੰਦ ਹੋਰ ਹੀ ਹੈ, ਇਹ ਤੇ ਗੁਰੂ ਤੋਂ ਹੀ ਜਾਣਿਆ ਸੀ, ਮੈਂ ਤਾਂ ਨਗੋਰਾ ਹੀ ਰਿਹਾ, ਇੰਨਾ ਸਮਾਂ ਐਵੇਂ ਨਿਗਾ ਲਿਆ। ਇਸ ਪ੍ਰਕਾਰ ਤੋਂ ਕਹੇ ਨਾਨਕ ਇਹੋ ਅੰਦਰੋਂ ਮੋਹ ਟੁੱਟ ਗਿਆ, ਪਰਿਵਾਰ ਦਾ, ਸਰੀਰ ਦਾ, ਕੰਮ ਧੰਦੇ ਦਾ ਸਭ ਕੁਛ ਛੱਡ ਕੇ ਤੇ ਗੁਰੂ ਜੋਗੇ ਹੀ ਹੋ ਗਏ, ਸੱਚੇ ਗੁਰੂ ਨੇ ਸਵਾਰ ਦਿੱਤੀ ਜ਼ਿੰਦਗੀ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਸਭ ਤੋਂ ਵੱਡੇ ਗੁਰੂ ਤੋਂ ਜਾਣਿਆ, ਗੁਰੂ ਨਾਨਕ ਦੀ ਗੱਦੀ ਗੁਰੂ ਅੰਗਦ ਸਾਹਿਬ ਜੀ ਪਾਸੋਂ ਜਾਣਿਆ। ਐਵੇਂ ਆਪ ਜੀ ਕਹਿੰਦੇ ਭਾਵੇਂ ਬਿਰਧ ਅਵਸਥਾ 60 ਸਾਲ ਤੋਂ ਉੱਤੇ 18 ਕਿਲੋਮੀਟਰ ਰੋਜ਼ ਦਾ ਪੈਂਡਾ ਕਰਨਾ ਹੈ, ਛਾਲ ਵਿੱਚ ਵੀ ਤੇ ਹਾੜ ਵਿੱਚ ਵੀ ਤੇ ਪੁੱਠੀ ਪੈਰੀ ਵੀ ਜਾਣਾ ਤੇ ਗੁਰੂ ਦਾ ਇਸ਼ਨਾਨ ਕਰਾਉਣਾ ਹੈ, ਕੀ ਉਹਨਾਂ ਘੰਟਿਆਂ ਦੇ ਕੁਝ ਪੈਸੇ ਮਿਲਣੇ ਸੀ, ਜੋਬ ਮਿਲਣੀ ਸੀ, ਕੋਈ ਡਿਗਰੀ ਮਿਲਣੀ ਸੀ? ਨਹੀਂ, ਕੋਈ ਮੰਗ ਨਹੀਂ। ਤੇ ਗੁਰੂ ਪ੍ਰਸੰਨ ਹੋ ਕੇ ਜਦੋਂ ਖੱਡੀ ਚ ਡਿੱਗ ਪਏ, ਕਿਉਂਕਿ ਬਾਰਿਸ਼ ਪਈ ਸੀ ਤੇ ਕੁਝ ਹਨੇਰਾ ਸੀ ਤੇ ਬੱਦਲ ਚਮਕਦਾ ਸੀ ਤੇ ਰਸਤਾ ਦਿਸਦਾ ਨਹੀਂ ਸੀ, ਹਨੇਰ ਸਾਰ ਜਲ ਦੀ ਗਾਗਰ ਲੈ ਕੇ ਆਏ ਗੁਰੂ ਅੰਗਦ ਸਾਹਿਬ ਦੇ ਇਸ਼ਨਾਨ ਲਈ ਬਿਆਸ ਨਦੀ ਤੋਂ ਭਰ ਗਏ ਤੇ ਭਾਵ ਜਲਾਹਿਆਂ ਦੇ ਕਿੱਲੇ ਨੂੰ ਵੱਜ ਗਿਆ ਠੇਡਾ ਤੇ ਡਿੱਗ ਪਏ ਹੱਡੀ ਵਿੱਚ ਹੋਇਆ ਖੜ। ਹੁਣ ਹਨੇਰੀ ਰਾਤ ਵਿੱਚ ਅੰਦਰ ਬਰਾਜਮਾਨ ਜਲਾਹਿਆ ਜਲਾਹੀ ਖੜਕਾ ਸੁਣਿਆ, ਜਲਾਹਿਆ ਕਹਿੰਦਾ ਵੀ ਕੋਈ ਬਾਹਰ ਖੜਕਾ ਹੋਇਆ, ਤੇ ਖੁਸ਼ਕ ਸੁਭਾਅ ਵਾਲੀ ਕਈਆਂ ਨੂੰ ਬੋਲਣਾ ਨੀ ਆਉਂਦਾ, ਕਹਿੰਦੀ ਇਸ ਵੇਲੇ ਹੋਣਾ ਅਮਰੂ ਨਸਾਵਾਂ, ਹੋਰ ਕੌਣ ਰਾਤ ਵਿੱਚ ਟਿਕਿਆ ਨਹੀਂ ਟਿਕਦਾ ਨਾ ਦਿਨੇ ਤੁਰਿਆ ਰਹਿੰਦਾ, ਇਸ ਵੇਲੇ ਹੋਰ ਕੌਣ ਹੋਣ। ਉਸ ਮੌਕਾ ਕੰਨੀ ਆਵਾਜ਼ ਪਈ ਗੁਰੂ ਅਮਰਦਾਸ ਜੀ ਦੀ, ਅਜੇ ਗੁਰੂ ਨਹੀਂ ਸੀ ਬਣੀ, ਬੋਲੇ ਤਬ ਸ੍ਰੀ ਅਮਰ ਜੀ ਬਬਰੀ ਭਾਰੀ, ਤੁਮ ਨਾ ਲਖਤ ਜਗ ਮੋਰ ਹੋ ਗੁਰਪਤੀ ਮਰਾਣੀ। ਵੱਡੀ ਕਮਰੀ ਵੱਡੀ ਪਾਗਲ, ਜਦੋਂ ਮੈਂ ਗੁਰੂ ਚਰਨੀ ਨਹੀਂ ਸੀ ਲੱਗਾ, ਗੁਰੂ ਵਾਲਾ ਨਹੀਂ ਸੀ ਬਣਿਆ, ਉਦੋਂ ਐਵੇਂ ਕਹਿ ਸਕਦੀ ਸੀ ਮੈਂ ਸੁਣ ਨੂੰ ਤਿਆਰ ਸਾਮਰੂ ਨਸਾਵਾਂ, ਪਰ ਹੁਣ ਮੈਂ ਨਸਾਵਾਂ ਨਹੀਂ, ਹੁਣ ਮੇਰਾ ਪਤੀ ਗੁਰੂ ਮੇਰੇ ਸਿਰ ਤੇ ਖੜਾ। ਇੰਨਾ ਹੀ ਮੋਗ ਬਚ ਰਸਣਾ ਤੂੰ ਕਹਿਣਾ, ਉਸੇ ਵੇਲੇ ਪਾਗਲ ਹੋ ਰੌਲਾ ਪਾਈ ਜਾਂਦੀ ਹੈ, ਬਸਤਰ ਪਾੜੀ ਜਾਂਦੀ ਹੈ, ਜਲਾਹਾ ਲੈ ਕੇ ਗੁਰੂ ਅੰਗਦ ਸਾਹਿਬ ਚਰਨਾਂ ਚ ਹਾਜ਼ਰ ਹੋਇਆ, ਜੇ ਤੁਹਾਡੇ ਸੇਵਕ ਦੇ ਇਸ ਤਰ੍ਹਾਂ ਕਹਿਣ ਨਾਲ ਪਾਗਲ ਹੋ ਗਈ ਹੈ। ਉਹ ਖੱਡੀ ਵਾਲੀ ਲੱਕੜ ਅਜੇ ਤੱਕ ਉੱਥੇ ਪਈ ਹੋਈ ਹੈ, ਖਡੂਰ ਸਾਹਿਬ ਜਾ ਕੇ ਦਰਸ਼ਨ ਕਰ ਲਿਓ, ਸਾਖੀ ਸੁਣ ਲਿਓ। ਹਜ਼ੂਰ ਕਹਿੰਦੇ ਥਾਂ ਛੱਡ ਕੇ ਪਾਸੇ ਹੋ ਜਾਓ, ਠੀਕ ਹੋ ਜਾਊ, ਫਿਰ ਹੋ ਗਈ, ਫਿਰ ਉੱਥੇ ਗੁਰਦੁਆਰਾ ਬਣੇ। ਇਹ ਅਮਰੂ ਨਸਾਵਾਂ ਨਹੀਂ, ਇਹ ਨਸਾਵਿਆਂ ਨੂੰ ਥਾਂ ਦੇਣ ਵਾਲਾ, ਨਸਾਵਿਆਂ ਦਾ ਥਾਂ, ਨਿਮਾਣਿਆਂ ਦਾ ਮਾਂ, ਨਿਓਟੀਆਂ ਦੀ ਓ, ਨਿਤਰਿਆਂ ਦੀ ਸਿਰ, ਨਿਗਤੀਆਂ ਦੀ ਗੱਤ, ਨਿਪਤੀਆਂ ਦੀ ਪਤ, ਸਾਰੇ ਵਾਰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ੇ ਨੇ, ਜਿਨ੍ਹਾਂ ਦੇ ਚਰਨਾਂ ਚ ਬੈਠੇ ਆ, ਜਿਨ੍ਹਾਂ ਦਾ ਉਪਦੇਸ਼ ਸੁਣ ਰਹੇ। ਮੰਨਣਾ ਕਰੋ ਸਾਡੇ ਵੀਰ ਮਾਈ ਭਾਈ,
ਕੀ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ? ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ। ਬਾਬਾ ਹੇ ਭਾਈ ਹੇ ਸਤਿਕਾਰਯੋਗ ਹੇ ਨਿਰੰਕਾਰ ਕਾਲ ਗੁਰੂ ਗੁਰੂ ਜੀ, ਜਿਸ ਨੂੰ ਤੂੰ ਦੇਹੇ, ਹੇ ਬਾਬਾ ਗੁਰੂ ਗ੍ਰੰਥ ਸਾਹਿਬ, ਜਿਸ ਨੂੰ ਤੂੰ ਦੇਹੇ ਸੋਈ ਜਨ ਪਾਵੇ। ਇਹ ਆਪਣੇ ਆਪ ਨੀ ਕਿਤੇ ਮਿਲਦਾ, ਮੰਗਿਆ ਵੀ ਨੀ ਮਿਲਦਾ, ਮੁੱਲ ਵੀ ਨੀ ਮਿਲਦਾ, ਖੋਇਆ ਵੀ ਨੀ ਮਿਲਦਾ, ਡਾਕਾ ਮਾਰ ਕੇ ਵੀ ਨੀ ਮਿਲਦਾ, ਬੈਂਕਾਂ ਲੁੱਟੀਆਂ ਜਾਂਦੀਆਂ, ਵੱਡੇ ਘਰ ਲੁੱਟ ਲਏ ਜਾਂਦੇ ਨੇ, ਧਨ ਖੋਹ ਲਿਆ ਜਾਂਦਾ ਹੈ। ਤਾਂ ਨਹੀਂ ਮਹਾਰਾਜ ਸਾਹਿਬ, ਇਹ ਆਨੰਦ, ਇਹ ਸਰੂਰ, ਇਹ ਖੇੜੇ ਦੀ ਦਵਾਈ ਤੇਰਾ ਨਾਮ, ਸਰਬ ਰੋਗ ਕਾ ਉਪਦ ਨਾਮ, ਜਿਹਨੂੰ ਤੂੰ ਕਿਰਪਾ ਕਰਕੇ ਦੇ। ਤਾਂ ਹੀ ਅਰਦਾਸਾਂ ਕਰਨ ਦੀ ਲੋੜ ਹੈ ਤੇ ਕਰਵਾਉਣ ਦੀ ਲੋੜ ਹੈ। ਵਿੜ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ, ਦੇਹੇ ਨਾਮ ਸੰਤੋਖੇ ਉਤਰੇ ਮਨ ਕੀ ਭੁੱਖ। ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ, ਉਹ ਜਨ ਮਨੁੱਖ ਪਾ ਸਕ, ਤੂੰ ਕਿਰਪਾ ਕਰਕੇ ਦੇ ਮੈਂ, ਜਿਸ ਤੇ ਕਿਰਪਾ ਬਖਸ਼ ਮਿਹਰ ਕਰੇ। ਪਾਵੇ ਤਾਂ ਸੋ ਜਨ ਦੇਹੇ ਜਿਸ ਨੂੰ, ਉਹ ਜਨ ਪਾਉਂਦਾ ਜਿਹਨੂੰ ਤੂੰ ਦੇ ਮੈਂ। ਇਹ ਬਾਣੀ ਦਾ ਨਿਤਨੇਮ ਬੜਾ ਪੁਰਾਣਾ ਚੱਲਿਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਿੱਖ ਕਰਦੇ ਆਏ ਨੇ, ਪ੍ਰਾਤ ਇਸ ਪ੍ਰਕਾਰ ਹੁਣ ਵੀ ਕਰਦੇ ਨੇ, ਅਸੀਂ ਵੀ ਰੋਜ਼ ਕਰਦੇ ਹਾਂ। ਪਰ ਅਰਥਾਂ ਨੂੰ ਪੜਾਂਗੇ ਤੇ ਆਨੰਦ ਆਊ। ਜਿਹੜਾ ਆਨੰਦ ਅਰਥ ਪੜਨ ਤੋਂ ਆ ਰਿਹਾ, ਪੜਨ ਤੇ ਨਹੀਂ ਨਾ ਓਨਾ ਆਉਂਦਾ, ਵੱਧ ਗਿਆ ਨਾ ਆਨੰਦ। ਕੀਰਤਨ ਵੀ ਇਹਦਾ ਹੁੰਦਾ ਹੈ, ਨਾ ਭਾਵ ਪਾਠ ਰੱਬ ਦੇ ਵੀ ਆਨੰਦ ਸਾਹਿਬ, ਭੋਗ ਦੇ ਵੀ ਆਨੰਦ ਸਾਹਿਬ, ਆਨੰਦ ਕਾਰਜ ਵੀ ਆਨੰਦ ਸਾਹਿਬ, ਸਰੀਰ ਕੋਈ ਛੱਡ ਜੇ ਤਾਂ ਵੀ ਆਨੰਦ ਸਾਹਿਬ। ਆਨੰਦ ਸਾਹਿਬ ਦੇ ਪੜਨ ਨਾਲ, ਆਨੰਦ ਦਾ ਆਨੰਦ ਲੈਣ ਨਾਲ, ਕਥਾ ਵਿਚਾਰ ਕਰਨ ਨਾਲ, ਅਰਥਾਂ ਨੂੰ ਸਮਝਣ ਨਾਲ ਜਿਹੜਾ ਆਨੰਦ ਚ ਵਾਧਾ ਹੁੰਦਾ ਹੈ, ਉਹ ਉਸ ਤਰ੍ਹਾਂ ਨੀ ਹੋ ਸਕਦਾ। ਤੇ ਫਿਰ ਐਸ ਕਥਾ ਵਿੱਚ ਨੀ, ਦੂਜੀ ਚ ਹੋਰ ਆਨੰਦ, ਤੀਜੀ ਚ ਹੋਰ ਆਨੰਦ, ਜਿੰਨੇ ਕਥਾ ਕਰਨਗੇ, ਜਿੰਨੀ ਵਿਚਾਰ ਕਰਨਗੇ, ਵੱਧ ਆਨੰਦ। ਇਸ ਪ੍ਰਕਾਰ ਦੇਹੇ ਹੋਰ, ਸੋ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਹੋਰ ਵਿਚਾਰੇ ਦੁਨੀਆਂ ਦੇ ਲੋਕ, ਪਾਵੇ ਤਾਂ ਸੋ ਜਨ ਇਸ ਦੇਹੇ, ਇਹ ਕਰਤੇ ਪੁਰਖ ਤੂੰ ਦੇਵੇਂ, ਹੋਰ ਵਿਚਾਰੇ ਕੀ ਕਰ ਸਕਦੇ ਨੇ, ਕਿੱਥੋਂ ਲੈ ਲੈਣ। ਕਿਸੇ ਜਤਨ ਨਾਲ ਨਹੀਂ ਮਿਲਣਾ, ਖੋਇਆ ਖਿੰਜੀਆਂ ਨਹੀਂ ਮਿਲਣਾ, ਠੱਗੀ ਠੋਰੀ ਹੇਰਾ ਫੇਰੀ ਨਾਲ ਨਹੀਂ ਮਿਲਣਾ। ਤੂੰ ਤੁੱਠਾ ਪ੍ਰਸੰਨ ਹੋਵੇਂ, ਕਿਰਪਾ ਕਰੇ ਆਪਣੇ ਪਿਆਰੇ ਨੂੰ ਆਨੰਦ ਪਿਆਰ ਦੇਣਾ ਕਰੇ। ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਅਮਰਦਾਸ ਜੀ ਕਹਿੰਦੇ ਇੱਕ ਭਾਵ ਦੁਨੀਆਂ ਦੇ ਲੋਕ, ਇੱਕ ਨਹੀਂ ਬਹੁ ਗਿਣਤੀ, ਇੱਕ ਤੋਂ ਭਾਵ ਬਹੁ ਗਿਣਤੀ ਭਰਮ ਚ ਭੁੱਲੇ ਹੋਏ, ਪੰਜ ਪ੍ਰਕਾਰ ਦੇ ਭਰਮ ਚ ਭੁੱਲੇ ਹੋਏ। ਫਿਰ ਇਹ ਦਹਿ ਦਿਸ ਦਸੇ ਦਿਸਾਂ, ਕਿੰਨੀ ਕੁ ਦੁਨੀਆਂ ਦਸਾਂ ਦਿਸਾਂ ਚ ਭਰਮਦੀ ਫਿਰਦੀ ਹੈ, ਭੱਜੀ ਫਿਰਦੀ ਹੈ। ਉੱਤਰ ਦੱਖਣ ਪੂਰਬ ਪੱਛਮ ਚਾਰ ਹੋ ਗਈਆਂ, ਧਰਤੀ ਤੇ ਕਾਸ਼ ਚਾਰ ਕੋਨਾ ਹੋ ਗਈਆਂ, ਅੱਠ ਧਰਤੀ ਕਾਸ਼ ਦਸ, ਦਸਾਂ ਦਿਸਾਂ ਵਿੱਚ ਭਰਮ ਲੈਣ, ਭਿੱਜ ਭੱਜ ਲੈਣ, ਦੌੜ ਲੈਣ, ਜਿਵੇਂ ਇੱਲਾਂ ਭੱਜਦੀਆਂ ਕਾਸ਼ ਵਿੱਚ। ਵਸ ਆਣੇ ਹੋਵੇ ਇਸ ਮਨ ਕੋ, ਮਨ ਬਾਸੇ ਜਿਉ ਨਿਤ ਭਾਉਂਦੇ। ਬਾਸਾ ਜਾਨਵਰ ਜਿਵੇਂ ਭਾਉਂਦਾ ਰਹਿੰਦਾ ਚਾਰ ਸਵੇਰੇ, ਉੜਦੀ ਉੜਦੀ ਦਹਿ ਦਿਸਾ, ਜਲ ਪਰਬਤ ਬਨ ਰਾਏ, ਜਿੱਥੇ ਦਿੱਠਾ ਨਿਰਤ ਕੋ ਇੱਲ ਬੈਠੀ ਆਏ। ਬਾਣੀ ਦੀ ਪੰਕਤੀ, ਉਹਨੇ ਪਹਾੜ ਵੀ ਲੰਘ ਗਈ, ਸਮੁੰਦਰ ਵੀ ਲੰਘ ਗਈ, ਜੰਗਲ ਵੀ ਲੰਘ ਗਈ, ਪਿੰਡ ਸ਼ਹਿਰ ਵੀ ਲੰਘ ਗਈ, ਜਿੱਥੇ ਉਹਨੂੰ ਤਰੰਗ ਦਿਸ ਪਿਆ ਨਾ, ਮ੍ਰਿਤਕ ਮੁਰਦਾ ਦਿਸ ਪਿਆ, ਉੱਥੇ ਬਹਿ ਗਈ। ਇਹ ਹਾਲਾਤ ਹੋਈ ਹੈ ਦੁਨੀਆਂ ਦੇ ਲੋਕਾਂ ਦੀ। ਇਸ ਪ੍ਰਕਾਰ ਗਿੱਲੀ ਗਿੱਲੀ ਰੋਡੜੀ ਭਾਉਂਦੀ, ਭਾਵ ਭਾਵ ਆਏ, ਜੋ ਬੈਠੇ ਸੇ ਫਾਸਿਆ ਉਭਰੇ ਬਾਗ ਬਸਾਏ। ਗਿੱਲੀ ਸੀ ਗੁੜ ਦੀ ਰੋੜੀ, ਚਿਪਕੀ ਹੋਈ ਤੇ ਭਾਉਂਦੀਆਂ ਫਿਰਦੀਆਂ ਨੇ ਮੱਖੀਆਂ, ਤੇ ਜਿਹੜੀਆਂ ਬਹਿ ਗਈਆਂ ਉਹਨਾਂ ਦੇ ਖੰਭ ਤੇ ਲੱਤਾਂ ਲਿਬੜ ਗਈਆਂ, ਉੱਥੇ ਮਰ ਗਈ। ਬੱਚੀ ਕਿਹੜੀ, ਜਿਸ ਕਿਸੇ ਦੇ ਮੱਥੇ ਦੇ ਭਾਗ ਚੰਗੇ ਸੀ। ਅਸੀਂ ਆ ਮੱਖੀਆਂ ਵਰਗੇ, ਰੋੜੀ ਆ ਗਿੱਲੀ ਚਿਪਕੀ ਹੋਈ ਮਾਇਆ, ਜਿਹੜਾ ਇਹਦੇ ਨਾਲ ਜੁੜ ਜਾਂਦਾ ਉਹ ਛੁੱਟਦੀ ਨਹੀਂ, ਇਹਦੇ ਖੰਭ ਪੈਰ ਛੁੱਟਦੇ ਨਹੀਂ, ਉਹਦੀ ਉੱਥੇ ਮੌਤ ਹੋ ਜਾਂਦੀ। ਜਿਉਂਦਿਆਂ ਤੇ ਮਰਦਿਆਂ ਤੱਕ ਖੀਰ 84 ਚ ਪੈ ਜਾਂਦਾ ਹੈ। ਇੱਲ ਦੀ ਤਰ੍ਹਾਂ ਭੌਂਦੇ ਫਿਰਦੇ ਆ, ਮੱਖੀਆਂ ਦੀ ਤਰ੍ਹਾਂ ਭੱਜੇ ਫਿਰਦੇ ਆ। ਉਸ ਵਸਤੂ ਸੱਚੀ ਨੂੰ ਜਾਣ ਹੀ ਨਹੀਂ ਸਕਦੇ, ਭਰਮ ਚ ਭੁੱਲੇ ਹੋਏ, ਦਸਾਂ ਦਿਸਾਂ ਵਿੱਚ 84 ਭੋਗਦੇ ਹੋਏ ਬੜਾ ਕੁਛ ਫੇਰੇ ਆਇਆ। ਭਰਮ ਭੁੱਲੇ ਫਿਰ ਇਹ ਦਹਿ ਦਿਸ, ਜਿਹਦਾ ਤੇਰੀ ਕਿਰਪਾ ਹੋਈ, ਇੱਕ ਨਾਮ ਲਾਗ ਸਵਾਰਿਆ, ਉਹਨਾਂ ਦੀ ਜ਼ਿੰਦਗੀ ਤੂੰ ਸਵਾਰ ਦਿੱਤੀ, ਉਹ ਨਾਮ ਨਾਲ ਲੱਗ ਗਏ, ਨਾਮ ਨਾਲ ਜੁੜ ਗਏ, ਉਹਨਾਂ ਨੂੰ ਗਿਆਨ ਹੋ ਗਿਆ। ਇਸ ਪ੍ਰਕਾਰ ਉਹਨਾਂ ਸਭ ਭੱਜ ਨੱਠ ਜਿਹੜੀ ਸੀ ਖਤਮ ਕਰ ਦਿੱਤੀ,
ਤੋ ਤੇਰੇ ਨਾਮ ਨਾਲ ਲੱਗ ਗਏ, ਨਾਮ ਨਾਲ ਜੁੜ ਗਏ, ਨਹੀਂ ਤੇ ਸਾਧ ਸੰਗਤ ਨੇ ਕਬਹੂ ਕੀਏ, ਰਜਿਓ ਧੰਦੇ ਝੂਠ, ਸਵਾਨ ਸੋਕਰ ਬਾਸ ਜਿਵੇਂ ਭਟਕਰ ਚਾਲੇ ਊਠ, ਸੰਗਤ ਨੇ ਕਦੇ ਕਰਨੀ ਸਵਾਨ ਕੂਕਰ ਸੋਕਰ ਸੂਰ ਤੇ ਬਾਸਾ ਜਾਨਵਰ ਉੱਡਣ ਭਾਉਣ ਵਾਲਾ, ਇਸ ਪ੍ਰਕਾਰ ਭਟਕਣਾ ਨੀ ਕਦੇ ਮਿਤੀ, ਇਹ ਸੰਗਤ ਕਦੇ ਕੀਤੀ ਨੀ। ਇਸ ਪ੍ਰਕਾਰ ਕਹਿੰਦੇ ਹਨ, ਪੇਟ ਭਰਿਓ ਪਸੂਆ ਜਿਉਂ ਸੋਇਓ, ਮਾਨੁਖ ਜਨਮ ਤੇ ਹਾਰਿਓ। ਬਾਣੀ ਤਾੜ ਕੇ ਵੀ ਕਹਿੰਦੀ ਹੈ ਤੇ ਪਿਆਰ ਨਾਲ ਵੀ ਕਹਿੰਦੀ, ਜੇ ਪਸੂ ਪੇਟ ਭਰ ਲੈਂਦਾ ਤੂੰ ਵੀ ਭਰ ਲਿਆ, ਪਸੂ ਸੌ ਗਿਆ ਤੂੰ ਵੀ ਸੌ ਗਿਓ, ਇਹ ਹਾਲਾਤ ਤੇਰੀ ਜੀਵ ਬਣੀ ਹੋਈ ਹੈ। ਗੌਰ ਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ। ਸਭ ਤੋਂ ਵੱਡੇ ਨੂੰ ਕਹਿੰਦੇ ਹੈ, ਵੱਡਾ ਅਕਾਲ ਪੁਰਖੀ ਹੈ ਉਹਦੇ ਸਰੂਪ ਗੁਰੂ ਗ੍ਰੰਥ ਸਾਹਿਬ। ਗੁਰ ਦੱਸਣ ਵਾਲਾ, ਗੋਢੇਰੇ ਦੂਰ ਕਰਨ ਵਾਲਾ, ਰੂਪ ਪ੍ਰਕਾਸ਼ ਕਰਨ ਵਾਲਾ, ਪ੍ਰਸ਼ਾਦ ਕਿਰਪਾ ਕਰਨ ਵਾਲਾ। ਆ ਪ੍ਰਸ਼ਾਦ ਗੁਰੂ ਚਰਨਾਂ ਚੋਂ ਮਿਲਦਾ ਨਾ, ਗੁਰੂ ਦੀ ਕਿਰਪਾ ਮਿਲਦੀ। ਪ੍ਰਸ਼ਾਦ ਦਾ ਅਰਥ ਮੰਦਰ ਸਰੂਪ ਤੇ ਮੰਗਲ ਸਰੂਪ। ਗੁਰਪ੍ਰਸਾਦੀ ਢਿੱਡ ਭਰਨ ਨੂੰ ਨਹੀਂ, ਸਵਾਦ ਨੂੰ ਨਹੀਂ। ਜੇ ਬੱਚਾ ਕਹਿੰਦਾ ਮੈਨੂੰ ਹੋਰ ਦਿਓ ਮੈਂ ਹੋਰ ਲੈਣਾ, ਉਹਨੂੰ ਗਿਆਨ ਕਿਉਂ ਨਹੀਂ? ਉਹ ਤਾਂ ਮਿੱਠਾ ਹੀ ਲੱਗਦਾ ਹੈ। ਗੁਰੂ ਦੀ ਪ੍ਰਸ਼ਾਦ ਕਿਰਪਾ ਨਾਲ ਮਨ ਹੋ ਗਿਆ ਨਿਰਮਲ ਉੱਜੜ, ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਭਾਣਾ ਭਾ ਗਿਆ, ਚੰਗਾ ਲੱਗਾ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ, ਬਖਸ਼ ਹੋ ਗਈ, ਇਹ ਬਖਸ਼ ਲੈਣ ਵਾਸਤੇ ਆਉਂਦੇ ਹਾਂ। ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਗੁਰੂ ਅਮਰਦਾਸ, ਗੁਰੂ ਨਾਨਕ ਦੀ ਤੀਜੀ ਜੋਤ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਕਰਿਆ। ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਹੀ ਅਣਮੁੱਲੀ ਦਾਤ ਦੇ ਮਾਲਕ। ਗੁਰੂ ਅਮਰਦਾਸ ਕਹੇ ਨਾਨਕ ਦੇਹੇ ਪਿਆਰੇ, ਇਹ ਪਿਆਰੇ ਸਤਿਗੁਰੂ ਕਿਰਪਾ ਕਰਕੇ ਇਹਨੂੰ ਬਖਸ਼ ਕਰਕੇ ਦੇਵੇ। ਆਵੋ ਸੰਤ ਪਿਆਰੇ ਹੋ, ਆ ਕਥ ਕੀ ਕਰੇ ਕਹਾਣੀ। ਕਿਰਪਾ ਕਰਕੇ ਦੇਵੇ ਸੋਈ ਜਨ ਪਾਵੇ, ਉਹ ਪਾ ਸਕਦਾ। ਹੁਣ ਧੰਨ ਗੁਰੂ ਅਮਰਦਾਸ ਜੀ ਕੀ ਕਹਿੰਦੇ ਨੇ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੀ। ਇਹ ਸਾਰੇ ਮਹਾਤਮਾ ਜੀ ਆਓ, ਸਾਰੇ ਜਾਣ ਆਓ, ਕੀਰਤਨ ਕਰੀਏ, ਆਓ ਕਥਾ ਕਰੀਏ ਤੇ ਸੁਣੀਏ। ਚੁੱਪ ਰਹਿਣਾ ਠੀਕ ਨਹੀਂ, ਗੁਰੂ ਸੰਗਤ ਆ ਕੇ ਸੰਤ ਮਿਲੇ ਤੇ ਸੁਣੀਏ, ਕਹੀਏ ਮਿਲੇ ਆ ਸੰਤ ਮਸਤ ਕਰ ਰਹੀਏ। ਜਿੱਥੇ ਸਾਰ ਚਿੱਤ ਨਹੀਂ, ਜਿੱਥੇ ਰੱਬ ਦਾ ਨਾਂ ਨਹੀਂ, ਉੱਥੇ ਚੁੱਪ ਰਹਿਣਾ ਠੀਕ। ਜਿੱਥੇ ਸੰਗਤ ਹੈ ਗੁਰੂ ਕੀ, ਉੱਥੇ ਚੁੱਪ ਰਹਿਣਾ ਠੀਕ ਨਹੀਂ, ਜਾਂ ਕੁਝ ਕਹੀਏ ਤੇ ਜਾਂ ਕੁਝ ਸੁਣੀਏ। ਇਸ ਪ੍ਰਕਾਰ ਆਵਹੋ ਆਹੋ ਜੀ ਤੂੰ ਆਓ ਹਮਾਰੇ, ਸਾਡੇ ਘਰੇ ਆਓ ਸਾਰੇ। ਕਿਉਂ ਹਰ ਜਸ ਸਰਵਣੀ ਸੁਣਾਵਣਾ, ਤੁਧ ਆਵਤ ਮੇਰਾ ਮਨ ਧਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਆਓ ਪਿਆਰਿਓ ਜਲਦੀ ਆਓ, ਰੋਜ਼ ਆਓ। ਇਸ ਪ੍ਰਕਾਰ ਆਵਹੋ ਸੰਤ ਪਿਆਰਿਓ, ਸ਼ਾਦਿਸ਼ਟ ਮਹਾਤਮਾ ਜੀ ਆਓ ਮੇਰੇ ਕੋਲ, ਰੋਜ਼ ਆਇਆ ਕਰੋ। ਸੋ ਆ ਕਰਕੇ ਕੀ ਕਰੀਏ, ਕੱਠ ਕੀ ਕਰੇ ਕਹਾਣੀ। ਜਿਹੜਾ ਪਰਮੇਸ਼ਰ ਕਥਨ ਤੋਂ ਰਹਿਤ ਹੈ ਨਾ, ਅਕਥ ਹੈ, ਜਿਹਦੀ ਸਮਗਰ ਕਥਾ ਨਹੀਂ ਕਥੀ ਜਾ ਸਕਦੀ, ਜਿਹਦੇ ਗੁਣ ਨਹੀਂ ਮੁੱਕ ਸਕਦੇ, ਤੋ ਕਹੋ ਰਵਿਦਾਸ ਅਕਥ ਕਥਾ। ਜਿਹਦੀ ਕਥਾ ਕਥਨ ਤੋਂ ਅਕਥ ਹੈ ਨਾ, ਉਹਦੀਆਂ ਕਹਾਣੀਆਂ ਕਥਨ ਕਰੀਏ, ਉਹਦੀਆਂ ਬਾਤਾਂ ਪਾਈਏ, ਉਹਦੇ ਗੀਤ ਗਾਈਏ, ਸਮਗਰ ਤਾਂ ਨਹੀਂ ਕਥੇ ਜਾਣੇ। ਤੇ ਚੁੱਪ ਰਹਿਣਾ ਠੀਕ ਨਹੀਂ, ਤੋ ਤੇਰੇ ਕਵਣ ਕਵਣ ਗੁਣ ਕਹਿ ਕਹੇ ਗਾਵਾਂ। ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਸਾਨੂੰ ਪਤਾ ਲੱਗਿਆ ਵੀ ਜਾਨਵਰ ਡਾਰੀਆਂ ਮਾਰ ਲੂ, ਪਰ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਜਾਨਵਰ ਨੂੰ ਕਹੀਏ ਚੁੱਪ ਕਰਕੇ ਬਹਿ ਜਾ, ਡਾਰੀਆਂ ਨਾ ਮਾਰ, ਨਹੀਂ ਜਿੰਨੀ ਕੁ ਤੇਰੇ ਚ ਬਲ ਹੈ ਓਨਾ ਕੁ ਆਨੰਦ ਲੈ। ਕੀੜੀਆਂ ਨੂੰ ਰੀਸ ਆ ਜਾਂਦੀ, ਉੱਡਣ ਵਾਲਿਆਂ ਦੀਆਂ ਗੱਲਾਂ ਸੁਣ ਕੇ ਖੰਭ ਨਿਕਲਦੇ ਆ, ਪਿਛੇਤੀ ਝੜ ਜਾਂਦੇ, ਡਿੱਗ ਪੈਂਦੇ ਤੇ ਮੌਤ ਹੋ ਜਾਂਦੀ। ਤੇ ਕੁੱਕੜ ਦੀਆਂ ਪੰਜ ਚਾਰ ਡਾਰੀਆਂ ਹੁੰਦੀਆਂ, ਥੱਕ ਜਾਂਦਾ ਤੇ ਕੋਈ ਥੋੜੀ ਦੰਬੀ ਮਾਰ ਲੈਂਦਾ ਹੈ। ਇਸ ਪ੍ਰਕਾਰ ਭਾਵ ਹੰਸ ਆਦਿਕ ਜਾਨਵਰ ਤੋਂ ਚਾਰਕ ਸੋ ਚਾਰਕ ਪੋਹ ਉੱਡ ਲੈਂਦਾ ਹੈ, ਤੇ ਗਰੜ ਬੇਅੰਤ ਉੱਡ ਲੈਂਦਾ, ਤੇ ਅੰਦਲ ਰਹਿੰਦਾ ਹੀ ਉੱਡਦਾ ਹੈ। ਹੁਣ ਉਹਨਾਂ ਦੀ ਰੀਸ ਵਿਚਾਰਿਆਂ ਕੀੜੀਆਂ ਤੇ ਮੱਕੀਆਂ ਨੇ ਕੀ ਕਰ ਲੈਣੀ, ਉੱਡ ਦੇ ਵੀ ਲੈਂਦੀ। ਭਾਵ ਜਿੰਨਾ ਕੁ ਚਿਤਾ ਆਕਾਸ਼ ਵਿੱਚ ਡਾਰੀ ਮਾਰ ਸਕਦੀ ਤੁਹਾਡੀ ਸੁਰਤੀ, ਓਨਾ ਕੁ ਨਦ ਤੁਸੀਂ ਲੈ ਸਕਦੇ ਹੋ। ਇਸ ਪ੍ਰਕਾਰ ਇਹ ਨੀ ਵੀ ਮਛਲੀ ਨੂੰ ਪਤਾ ਲੱਗ ਗਿਆ ਵੀ ਸਮੁੰਦਰ ਦਾ ਅੰਤ ਨਹੀਂ, ਤੇ ਮੈਂ ਤਾਰੀਆਂ ਮਾਰਨ ਨੂੰ ਹਟ ਜਾਵਾਂ, ਵਿਛੜ ਕੇ ਮੌਤ ਹੀ ਹੋ ਜਾਊ, ਅੰਤ ਤੇ ਉਹਦਾ ਆਉਣਾ ਨਹੀਂ।
ਪਰ ਪਰਮੇਸ਼ਰ ਦੇ ਪਿਆਰਿਓ ਆਓ ਨਾ ਕਥੇ ਜਾਣ ਵਾਲੇ ਅਕਥ ਪ੍ਰਭੂ ਦੀ ਕਹਾਣੀ ਕਥਨ ਕਰੀਏ। ਜਿੰਨੀ ਕੁ ਮਤ ਬੁੱਧ ਸਤਿਗੁਰੂ ਦੇਵੇ ਓਨੀ ਕੁ ਵਿਚਾਰ ਕਰੀਏ ਗੁਰਬਾਣੀ ਦੀ। ਬਾਣੀ ਅਗਾਧ ਬੋਧ ਹੈ, ਇਹਦਾ ਬੋਧ ਜਾਣਨਾ ਅਗਾਧ ਹੈ, ਡੂੰਘਾ ਹੈ, ਕਿਸੇ ਦੀ ਪਹੁੰਚ ਉਥੋਂ ਤੱਕ ਨਹੀਂ। ਪਰ ਜਿੰਨੀ ਕੁ ਸਤਿਗੁਰੂ ਕਿਰਪਾ ਕਰਕੇ ਓਨੀ ਕੁ ਵਿਚਾਰੀਏ ਤੇ ਸੁਣੀਏ ਤੇ ਕਹੀਏ ਤੇ ਮਨ ਚ ਵਸਾਈਏ। ਆਵੋ ਆਉਣਾ ਕਰੋ ਹਰ ਰੋਜ਼ ਗੁਰੂ ਪਿਆਰਿਓ, ਸੰਤ ਜਨੋ ਜਿਹੜੇ ਗੁਰੂ ਚਰਨਾਂ ਚ ਬਹਿੰਦੇ ਹੋ, ਸੰਤ ਰੂਪ ਹੀ ਹੋ ਸਾਰੇ। ਦੂਜਾ ਜੀ ਆ ਹੀ ਨਹੀਂ ਸਕਦਾ, ਉਹਦਾ ਚੇਤ ਹੀ ਨਹੀਂ ਲੱਗਣਾ। ਆਵ ਹੋ ਸੰਤ ਪਿਆਰੇ ਹੋ, ਤਾਂ ਕਥੇ ਜਾਣ ਵਾਲੇ ਕਥ ਪ੍ਰਭੂ ਦੀ ਕਹਾਣੀ। ਕਹਾਣੀ ਲੰਮੀ ਹੁੰਦੀ ਹੈ, ਕਹਾਣੀ ਕਥਾ ਕੋ ਥੋੜੀ ਛੋਟੀ ਹੁੰਦੀ ਹੈ। ਜਿਵੇਂ ਕਾਗ ਕਸੁੰਡ ਸੁਸਦੀ ਵੀ ਕਥਾ ਹੀ ਕਰਦਾ ਰਹਿੰਦਾ ਦਿਨੇ ਰਾਤ ਪਰਮੇਸ਼ਰ ਦੀ। ਧੰਨ ਗੁਰੂ ਨਾਨਕ ਸੱਚਖੰਡ ਨੂੰ ਜਾਂਦੇ ਹੋਏ ਉਹਦੇ ਸਥਾਨ ਥਾਣੀ ਗਏ ਸਨ, ਕਿਵੇਂ ਕਹਿੰਦੇ ਕਹਿਣਾ ਕਰੀਏ ਗੁਰੂ ਅਮਰਦਾਸ ਜੀ ਦਾ ਸੁਨੇਹਾ ਹੈ ਸਾਨੂੰ ਸਾਰਿਆਂ ਨੂੰ, ਸੁਣਨਾ ਕਰੋ ਸਾਰੇ ਵੀਰ ਮਾਈ ਭਾਈ। ਕਰ ਹੈ ਕਹਾਣੀ ਅਕਥ ਕੇਰੀ, ਕਿਤ ਦੁਆਰ ਪਾਈ ਹੈ। ਵਿੱਚੋਂ ਗ੍ਰੰਥਾਂ ਵਿੱਚੋਂ ਪੜ ਸੁਣ ਕੇ ਨਿਰਣਾ ਕੀ ਕਰਨਾ ਹੈ। ਮਹਾਰਾਜ ਸਾਹਿਬ ਤੂੰ ਕਥਨ ਤੋਂ ਅਕਥ ਹੈ, ਤੈਨੂੰ ਕਥਨ ਵਾਲੇ ਬੜੇ ਹੋ ਗਏ, ਤੈਨੂੰ ਬੜਿਆਂ ਨੇ ਕਥਾ, ਕਿੰਨਿਆਂ ਨੇ ਕਥਿਆ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਨੇ ਕਰੋੜਾਂ ਬੜੀ, ਤੈਨੂੰ ਕਥਿਆ ਤੇ ਰੰਤ ਨੀ ਕਥਿਆ ਗਈ, ਨਹੀਂ ਪੈ ਸਕਿਆ। ਸੋ ਕਰ ਹੈ ਕਹਾਣੀ ਅਕਥ ਕੇਰੀ, ਸੋ ਕਿਤ ਦੁਆਰੇ ਪਾਈਏ, ਵਿਚਾਰਾਂ ਕਰੀਏ ਕਿਹੜੇ ਦੁਆਰੇ, ਕਿਹੜੇ ਦਰਦ, ਕਿਸ ਢੰਗ ਕਿਸ ਤਰੀਕੇ ਨਾਲ ਤੇਰੀ ਪ੍ਰਾਪਤੀ ਹੋਵੇ। ਸਿਰ ਤੋਂ ਵਿਛੜ ਕਿਉਂ ਗਏ, ਕਿਵੇਂ ਵਿਛੜ ਗਏ? ਮਾੜੇ ਕਰਮਾਂ ਅਨੁਸਾਰ, ਕਿਰਤ ਕਰਮ ਕੇ ਵਿਛੜੇ, ਮਾੜੀ ਕਿਰਤ ਅਨੁਸਾਰ, ਮਾੜੇ ਕਰਮ ਅਨੁਸਾਰ, ਕਰਮ ਕਿਰਤ ਤੋਂ ਬਣਦੇ ਜਿਹੜੀ ਕਰਦੇ ਹੈ। ਹੁਣ ਉਹ ਵਿਛੋੜਾ ਦੂਰ ਕਿਤਰਾ ਹੋਵੇ, ਇਹ ਵਿਚਾਰਾਂ ਕਰੀਏ ਸਾਰੇ ਜਣੇ ਮਿਲ ਕੇ, ਸਲਾਹ ਮਤਾ ਕਰੀਏ। ਸਲਾਹ ਮਤੇ ਦੀ ਲੋੜ ਨਹੀਂ, ਤੇ ਮਾਲਕ ਨੂੰ ਆਪ ਨਹੀਂ, ਸਾਨੂੰ ਲੋੜ ਹੈ। ਗੁਰੂ ਚਰਨਾਂ ਚ ਇਕੱਠੇ ਹੋਈਏ, ਮਿਲ ਕੇ ਕੱਠ ਕਹਾਣੀ ਕੱਟੀਏ, ਵਿਚਾਰਾਂ ਕਰੀਏ। ਜਿਹੜਾ ਵਿਛੋੜਾ ਪੈ ਚੁੱਕਿਆ, ਕਿਵੇਂ ਦੂਰੀ ਮਿਟੇ, ਕਿਵੇਂ ਨੇੜਤਾ ਵਧੇ, ਕਿਵੇਂ ਉਹਦੇ ਵਿੱਚ ਫੇਰ ਹੋਈਏ, ਕਿਤ ਦੁਆਰੇ ਕਿਹੜੇ ਦਰ ਕਿਤਰਾਂ ਤੇਰੀ ਪ੍ਰਾਪਤੀ ਹੋਵੇ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨੇ ਪਾਈਐ। ਤਨ ਧਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਤਨ ਵੀ ਸਰੀਰ ਤੇ ਮਨ ਵੀ ਤੇ ਧਨ ਵੀ ਜਿਹੜਾ ਤੇਰੇ ਕੋਲ ਹੈ ਰੱਬ ਦਾ ਪਰਮੇਸ਼ਰ ਦਿੱਤਾ ਹੋਇਆ, ਇਹ ਸੌਂਪ ਦੇਣਾ ਕਰ, ਅਰਪ ਦੇਣਾ ਕਰ ਆਪਣੇ ਗੁਰੂ ਨੂੰ। ਇਹਦੇ ਤੇ ਆਪਣਾ ਕਬਜ਼ਾ ਨਾ ਰੱਖ, ਆਪਣੀ ਮੇਰ ਨਾ ਰੱਖ, ਆਹ ਮੈਂ ਕੀਤਾ, ਆਹ ਮੈਂ ਕੀਤਾ, ਰੁਮਾਲਾ ਮੈਂ ਚੜਾਇਆ, ਪੱਖਾ ਮੈਂ ਚੜਾਇਆ, ਮੇਰਾ ਨਾਂ ਲਿਖਣਾ ਚਾਹੀਦਾ, ਸਿਲ ਲੱਗਣੀ ਚਾਹੀਦੀ ਹੈ, ਮੈਂ ਛੱਡਦੇ ਤੇ ਤਨ ਵੀ ਤੇ ਧਨ ਵੀ ਤੇ ਮਨ ਵੀ ਸੌਂਪ ਗੁਰ ਕੋ। ਇਹ ਹੈ ਰਸਤਾ, ਇਹ ਹੈ ਢੰਗ ਤਰੀਕਾ ਪਰਮੇਸ਼ਰ ਦੇ ਵਿੱਚ ਫੇਰ ਹੋਣ ਦਾ, ਮਿਲਣ ਦਾ। ਮੇਰੀ ਮੇਰੀ ਧਾਰੀ ਉਹਾ ਪੈਰ ਲੁਹਾਰੀ, ਲੋਹੇ ਦੀ ਬੇੜੀ ਨਹੀਂ, ਤਨ ਮਨ ਤੇਰਾ, ਧਨ ਪੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਗੁਰੂ ਜੀ ਕਿਰਪਾ ਕਰੋ, ਅਸੀਂ ਤੇਰੇ ਕਹਿਣ ਸੁਣ ਜੋਗੇ ਨਾ ਰਹਿ ਜਾਈ, ਤੇਰਾ ਉਪਦੇਸ਼ ਅੰਤ ਹਿਰਦੇ ਚ ਵਸ ਜਾਵੇ ਤੇ ਕਮਾਉਣ ਵਾਲੇ ਬਣ ਜਾਈਏ। ਤਨ ਮਨ ਧਨ ਸਭ ਸੌਂਪ ਗੁਰ ਕੋ, ਜਿਸ ਗੁਰੂ ਨੇ ਤੈਨੂੰ ਦਿੱਤਾ ਉਹਦਾ ਹੀ ਸਮਝਣਾ ਕਰ, ਤੂੰ ਸੇਵਾਦਾਰ ਹੈ, ਹੁਕਮ ਮੰਨੀਏ ਪਾਈਏ, ਉਹਦਾ ਹੁਕਮ ਮੰਨਣਾ ਕਰ, ਉਹਦੇ ਤੋਂ ਉਲਟਾ ਹੁਕਮ ਨਾ ਕਰਨ ਲੱਗ ਜਾਵੀਂ। ਐ ਰੱਬ ਤੂੰ ਆਹ ਕੀ ਕੀਤਾ, ਤੂੰ ਆਹ ਮਾੜਾ ਕੀਤਾ, ਤੂੰ ਜੇ ਮਾੜਾ ਕੀਤਾ, ਪੈਦਾ ਵੀ ਹੁਣ ਕੀਤਾ ਤੇ ਲੈ ਗਿਆ ਤੇ ਫਿਰ ਕੀ, ਜਿਸ ਕੀ ਬਸ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਤੀ, ਗੁੱਸਾ ਕਿਹਦੇ ਨਾਲ, ਜਿਹਦੀ ਵਸਤੂ ਆਇਆ ਜੇ ਉਹ ਲੈ ਗਿਆ ਤੇ ਫਿਰ ਗੁੱਸਾ ਕਿਹਦੇ ਨਾਲ। ਇਸ ਪ੍ਰਕਾਰ ਸਭ ਕੁਛ ਪਰਮੇਸ਼ਰ ਦਾ ਉਹੀ ਦੇਣ ਵਾਲਾ ਹੈ, ਉਹੀ ਲੈਣ ਵਾਲਾ ਹੈ। ਜਿਵੇਂ ਆਪ ਜੀ ਕਿਤੇ ਹੁਕਮ ਮੰਨੀਏ ਪਾਈਏ, ਉਹਦਾ ਹੁਕਮ ਮੰਨਣਾ ਕਰੋ ਤੇ ਪਾਉਣਾ ਕਰੋ, ਪ੍ਰਾਪਤੀ ਕਰੋ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਆਪਣੇ ਕਰਤੇ ਪੁਰਖ ਨਿਰੰਕਾਰ ਗੁਰੂ ਦਾ ਹੁਕਮ ਮੰਨੋ, ਹੁਕਮ ਮੰਨੇ ਹੋ ਗੁਰੂ ਕੇਰਾ, ਤੇ ਫਿਰ ਕੀ ਕਰੋ, ਗਾਵੋ ਗਾਉਣਾ ਕਰੋ, ਪਾਠ ਰਾਹੀਂ, ਸਾਜਾ ਰਾਹੀਂ, ਕਥਾ ਰਾਹੀਂ ਸੱਚੀ ਬਾਣੀ। ਇਹ ਸੱਚਾ ਉਪਦੇਸ਼ ਗੁਰੂ ਦਾ, ਗੁਰਸਨਾ ਤੋਂ ਉਚਾਰਿਆ ਹੋਇਆ, ਇਹ ਸੱਚੀ ਗੁਰੂ ਕੀ ਬਾਣੀ। ਹੁਕਮ ਮੰਨੋ, ਗੁਰੂ ਕੇਰਾ ਤੇ ਗਾਉਣਾ ਕਰੋ, ਨਿਤਨੇਮ ਇਸ ਦਾ ਕਰੋ, ਜਾਪ ਕਰੋ, ਇਹਦੇ ਅਰਥਾਂ ਨੂੰ ਵਿਚਾਰੋ ਤੇ ਮਨ ਕੇ ਵਸਾਓ। ਇਹ ਸੱਚ ਨਾਲ ਜੋੜਨ ਵਾਲਾ ਸੱਚਾ ਉਪਦੇਸ਼ ਹੈ।
ਉਪਦੇਸ਼ ਰੂਪੀ ਗੁਰੂ ਕੀ ਬਾਣੀ ਹੈ। ਕਹੈ ਨਾਨਕ ਸੁਣੋ ਸੰਤ ਕਥਿਓ ਅਕਥ ਕਹਾਣੀ। ਕਹੈ ਕਹਿੰਦੇ ਨੇ ਤੀਜੇ ਨਾਨ ਗੁਰੂ ਅਮਰਦਾਸ ਸੁਣਨਾ ਕਰੋ, ਸ਼ਾਂਤ ਚਿੱਤ ਹੋ ਕੇ ਤਲੋ ਮੱਛੀ ਵਿਚ ਨਾ ਸੁਣਿਓ। ਐਵੇਂ ਘੜੀ ਨਾ ਟਾਈਮ ਪਾਸ ਹੀ ਨਾ ਕਰਿਓ ਕਿ ਗੁਰਦੁਆਰੇ ਆਏ ਆ ਟਾਈਮ ਪਾਸ ਕਰਨ ਗਏ। ਨਹੀਂ ਨਹੀਂ, ਹੁਕਮ ਮੰਨੋ ਸੁਣੋ ਪਿਆਰ ਨਾਲ, ਕਹੇ ਨਾਨ ਸੁਣੋ ਸੁਣੋ ਸੰਤੋ ਸੁਣੋ ਸੰਤੋ, ਏਦਾਂ ਪੜ ਜਾਂਦੇ, ਇਹ ਗਲਤ ਹੈ। ਸੁਣੋ ਹਾਹੇ ਨੌਕਰ ਸੰਤੋ ਕਥਿਓ, ਇਹ ਬੜੇ ਇਹੋ ਜਿਹੇ ਹਾਹੇ ਨੰਦ ਸਾਹਿਬ ਚ ਮਹਾਰਾਜ ਸਾਹਿਬ ਬਖਸ਼ੇ ਨੇ, ਨਾਲੇ ਹਾਹਾ ਤੇ ਨਾਲੇ ਹਾਹੇ ਨੂੰ ਅੰਕੁਰ। ਖੁਦ ਪੜ੍ਹਨੀ ਚਾਹੀਦੀ ਗੁਰੂ ਕੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਕਥਨ ਤੋਂ ਰਹਿਤ ਕਹਾਣੀ ਨੂੰ ਕਥਨਾ ਕਰੋ, ਸੁਣਨਾ ਕਰੋ, ਵਿਚਾਰਨਾ ਕਰੋ, ਮਨ ਚ ਵਸਾਉਣਾ ਕਰੋ, ਸਰਵਣ ਮਨ ਅਧਿਆਸਨ ਕਰੋ। ਜੇ ਰੱਬ ਪ੍ਰਭ ਦੇ ਨੇੜੇ ਹੋਣਾ ਹੈ ਤੇ ਮਨ ਚੰਚਲ ਚਿਤਰਾਈ ਕਿਨੈ ਨਾ ਪਾਇਆ। ਇਹ ਮੇਰੇ ਮਨ ਤੂੰ ਬੜਾ ਚੰਚਲ ਹੈ, ਬੜੀ ਚਿਤਰਾਈਆਂ ਤੇਰੇ ਵਿਚ, ਬੜੀ ਪੜ੍ਹਾਈ ਉਕਦੀਆਂ ਜੁਗਦੀਆਂ, ਬੜੀਆਂ ਗੱਲਾਂ ਜਾਣਦਾ ਹੈ, ਜਿਉਂ ਨਿਗੁਰਾ ਬਹੁ ਬਾਤਾਂ ਜਾਣੇ। ਆ ਦੁਨਿਆਵੀ ਪੜਾਕੂ ਗੁਰੂ ਨੀ ਧਾਰਿਆ। ਗ੍ਰੰਥ ਬੜੇ ਪੜ੍ਹੇ ਨੇ, ਨਾਵਲ ਬੜੇ ਪੜ੍ਹੇ ਨੇ, ਅਖਬਾਰਾਂ ਬੜੀਆਂ ਪੜ੍ਹੀਆਂ, ਗੱਲਾਂ ਬੜੀਆਂ ਜਾਣਦਾ, ਰਾਜੇ ਰਾਣੀਆਂ ਦਾ ਨਾਮ ਬੜੇ ਜਾਣਦਾ। ਇਸ ਪ੍ਰਕਾਰ ਉਹਨੂੰ ਕਹਿੰਦੇ ਚੰਚਲ, ਜਿਹੜੀ ਚੰਚਲਤਾਈ ਲੰਗੂਰਾਂ ਚ ਹੁੰਦੀ ਹੈ, ਰੁੱਖਾਂ ਦੇ ਭੱਜਣ ਵਾਲਿਆਂ ਚ, ਉਹੋ ਜਿਹੀ ਚੰਚਲਤਾਈ ਨੀ ਤੇਰੇ ਚ, ਬੜਾ ਤੇਜ ਹੈ ਬੁੱਧੀ ਦਾ, ਹੈ ਮਨ ਚੰਚਲਾ ਚੰਚਲਾ ਚਤਰਾਈ ਕਿੰਨੇ ਨਾ ਪਾਏ। ਇਹਨਾਂ ਸਿਆਣਪਾਂ ਨਾਲ, ਚਤਰਾਈਆਂ ਨਾਲ, ਇਹ ਤੇਰੇ ਮਨ ਦੀਆਂ ਫੁਰਦੀਆਂ ਨਾਲ ਪ੍ਰਭੂ ਪ੍ਰਾਪਤ ਨੀ ਹੋਣਾ, ਨਹੀਂ ਕਿਸੇ ਨੇ ਪਾਇਆ ਤੇ ਨਹੀਂ ਤੈਨੂੰ ਮਿਲਣਾ। ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਹੇ ਮੇਰੇ ਮਨਾ। ਚਤੁਰਾਈਆਂ ਨਾਲ, ਸਿਆਣਪਾਂ ਨਾਲ, ਪੜ੍ਹਾਈਆਂ ਨਾਲ ਕਿਨੇ ਨੇ ਅੱਜ ਤੱਕ ਪਾਇਆ, ਹੇ ਮੇਰੇ ਮਨਾ ਤੂੰ ਸੁਣ ਲੈਣਾ ਕਰ, ਸੋ ਚੰਗੀ ਤਰ੍ਹਾਂ ਗਿਆਨ ਕਰ, ਗੱਲ ਜਾਣਨਾ ਕਰ। ਐਵੇਂ ਆਪ ਜੀ ਕਹਿੰਦੇ ਸਾਰੀਆਂ ਚਤੁਰਾਈਆਂ, ਸਾਰੀਆਂ ਵਿਦਿਆ, ਸਾਰੇ ਹੁਨਰ ਉਸ ਪਰਮੇਸ਼ਰ ਕਰਦੇ ਪੁਰਖ ਤੋਂ ਪੈਦਾ ਹੁੰਦੇ, ਪ੍ਰਾਪਤ ਹੁੰਦੇ ਨੇ, ਉਸੇ ਨੂੰ ਚੇਤੇ ਕਰ, ਯਾਦ ਕਰ। ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਇਹ ਜਿਹੜੀ ਦੁਨੀਆਂ ਦੀ ਮਾਇਆ ਹੈ ਪ੍ਰਤੱਖ ਤੌਰ ਤੇ ਜੜ ਹੈ। ਜੜ ਕਹਿੰਦੇ ਕਿਨੂੰ, ਜਿੱਥੇ ਰੱਖੇ ਰੱਖੋ ਉੱਥੇ ਹੀ ਪਈ ਰਵੇ, ਹਿਲਦੀ ਨਹੀਂ, ਪੱਤਰ ਵਰਗੀ ਜੜ, ਪਰ ਭੱਜੀ ਫਿਰਦੀ ਤੇ ਭਜਾਈ ਫਿਰਦੀ ਦੁਨੀਆਂ ਦੇ ਲੋਕਾਂ ਨੂੰ, ਹੈ ਜੜ। ਨਾ ਇਹਨੂੰ ਖੰਭ, ਨਾ ਇਹਨੂੰ ਪੈਰ, ਨਾ ਇਹਨੂੰ ਚੁੰਝ, ਨਾ ਇਹ ਚ ਕੋਈ ਕਲਾ, ਨਾ ਇਹ ਚ ਕੋਈ ਪੈਟਰੋਲ ਪਵੇ, ਜੜ ਜਿੱਥੇ ਰੱਖੋ ਉੱਥੇ ਪਈ ਹੈ, ਪਰ ਭੱਜੀ ਫਿਰਦੀ ਤੇ ਭਜਾਈ ਫਿਰਦੀ, ਸ਼ਾਮ ਨੂੰ ਕਿਤੇ, ਸਵੇਰ ਨੂੰ ਕਿਤੇ, ਇਹ ਨੱਠੀ ਫਿਰਦੀ ਆਪ, ਨਠਾਈ ਫਿਰਦੀ ਜੜ। ਦੂਸਰੀ ਹੈ ਚੇਤਨ, ਸੋ ਜਿਹੜੀਆਂ ਬੀਬੀਆਂ ਪਰਾਇਆ ਰੂਪ ਵੇਖ ਕੇ ਭੁੱਲ ਜਾਂਦੀਆਂ, ਵਿਕਾਰੀ ਬਣ ਜਾਂਦੀਆਂ, ਜਿਹੜੇ ਵੀਰ ਪਰਾਇਆ ਰੂਪ ਵੇਖ ਕੇ ਭੁੱਲ ਜਾਂਦੇ ਹੈ ਤੇ ਵਿਕਾਰੀ ਬਣ ਜਾਂਦੇ, ਉਹਨਾਂ ਲਈ ਚੇਤਨ, ਚੇਤਨ ਤੋਂ ਵੀ ਤੇ ਜੜ ਤੋਂ ਵੀ ਬਚਣਾ ਜ਼ਰੂਰੀ ਹੈ। ਦੋ ਤਰ੍ਹਾਂ ਦੀ ਮਾਇਆ, ਮਾਇਆ ਦੋ ਪ੍ਰਕਾਰ ਦੀ, ਦੋਹੀ ਚਲਾਏ ਰਾਹਾ, ਇੱਕ ਮਿਲਾਏ ਰਾਮ ਕੋ ਇੱਕ ਨਰਕ ਲੈ ਜਾ। ਇਹ ਦੋਵੇਂ ਤਰ੍ਹਾਂ ਦੀ ਮਾਇਆ ਦੋ ਹੀ ਕੰਮ ਕਰਦੀ ਹੈ, ਇੱਕ ਤੈਨੂੰ ਰਾਮ ਨਾਲ ਮਿਲਾ ਦੋ, ਇੱਕ ਨਰਕਾਂ ਚ ਤੂੰ ਵੀ ਨਰਕ ਚ ਪਾ ਦੋ। ਹੁਣ ਤੂੰ ਆਇਆ ਕੀ ਕਰਨ ਨੂੰ ਗੁਰਦੁਆਰੇ, ਇਹਦੇ ਬਾਰੇ ਤੈਨੂੰ ਗਿਆਨ ਹੋਵੇ, ਤੈਨੂੰ ਪਤਾ ਚੱਲੇ, ਕਮਾਈ ਕਰ, ਚੰਗੇ ਥਾਂ ਖੜਕ, ਇਸ ਜੜ ਮਾਇਆ ਨੂੰ ਸਫਲਾ ਹੋ ਜਾਏ, ਸ਼ਾਦੀ ਕਰ, ਬੱਚੇ ਪੈਦਾ ਕਰ, ਪ੍ਰੇਮ ਨਾਲ ਜ਼ਿੰਦਗੀ ਬਤੀਤ ਕਰ, ਸਫਲ ਹੋ ਜਾਵੇ, ਚੰਗੇ ਪਾਸੇ ਲੱਗ ਤੇ ਲਾ ਬੱਚਿਆਂ ਨੂੰ, ਸਫਲ ਹੋ ਜਾਵੇ, ਇਸ ਪ੍ਰਕਾਰ ਦੂਜੇ ਪਾਸੇ ਲਾ ਕੇ ਵਿਗੜ ਜਾਵੇਗਾ। ਇਹ ਮਾਇਆ ਮੋਹਣੀ ਸਭ ਨੂੰ ਮੋਹ ਲੈਣ ਵਾਲੀ, ਇਸ ਪ੍ਰਕਾਰ ਕਹਿੰਦੇ ਨੇ। ਸੋ ਜਿਨ ਇਹ ਭਰਮ ਭੁਲਾਇਆ, ਬੜੀ ਦੁਨੀਆਂ ਭਰਮ ਚ ਭੁਲਾਈ ਹੋਈ ਹੈ, ਇੱਕ ਦੂਜੇ ਨਾਲ ਲੜੀ ਜਾਂਦੇ, ਮਾਏ ਬਾਪੂ ਤੇ ਹਿਤ ਭਰਾਤਾ, ਇਨ ਘਰ ਘਰ ਮੇਲਿਓ ਦੂਆ, ਕਿਸੇ ਵਾਦ ਘਾੜ ਕਿਸੇ ਮੈਂ ਸਗਲੇ ਲੜ ਲੜ ਬੂਆ, ਹੌਂਦ ਲਿਹਾਰੀ ਸਤਿਗੁਰੇ ਆਪਣੇ ਜਿਨੇ ਚਲਤ ਦਿਖਾਇਆ, ਗੁੱਜੀ ਭਾਏ ਜਲੇ ਸੰਸਾਰਾ, ਭਾਏ ਅਗਨੀ ਨੂੰ ਕਹਿੰਦੇ ਗੁੱਜੀ ਅਗਨੀ, ਜਿਹਦੇ ਸੰਸਾਰ ਸੜ ਵੜ ਰਿਹਾ ਹੈ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈ, ਮਾਇਆ ਮੋਹਣੀ ਕਿੰਨੇ ਕੀਤੀ, ਠੱਗ ਬੂਟੀ ਜਿੰਨੇ ਪਾਈ, ਇਹ ਠੱਗਾਂ ਕੋਲ ਬੂਟੀ ਹੁੰਦੀ ਸੰਘਾ ਕੇ, ਜੀਵ ਨੂੰ ਬੰਦੇ ਨੂੰ ਰਾਹੀ ਨੂੰ ਲੁੱਟ ਲੈਂਦੇ ਹਨ,
ਇਹ ਸਭ ਲੁੱਟਣ ਵਾਲੀ ਠੱਗ ਬੂਟੀ ਹੈ। ਕੁਰਬਾਨ ਕੀਤਾ ਤੇ ਸਾਹਿਬ ਜਿਨ ਮੋਹ ਮੀਠਾ ਲਾਇਆ। ਕੁਰਬਾਨ ਕੀਤਾ ਕੁਰਬਾਨ ਜਾਈਏ ਤੇ ਇਸ ਵਿੱਚ ਹੋ ਜਿਹਨੇ ਮੋਹ ਨੂੰ ਮਿੱਠਾ ਕਰਕੇ ਦੁਨੀਆਂ ਨੂੰ ਲਾਇਆ ਹੋਇਆ ਹੈ। ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਤੇਰੇ ਚੰਚਲ ਸ਼ੈਤਾਨ ਤੇਜ ਮਨ ਚਤੁਰਾਈਆਂ ਨਾਲ ਸ਼ੈਤਾਨੀਆਂ ਨਾਲ ਕਿਸੇ ਰੱਬ ਨੂੰ ਕਦੇ ਨੀ ਪਾਇਆ। ਹਰ ਯੁਗ ਤੋਂ ਲੈ ਕੇ ਤੂੰ ਵੀ ਨੀ ਪਾ ਸਕੀ। ਇਸ ਤੋਂ ਤੱਕ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ 10 ਇਹ ਪੌੜੀਆਂ ਨਾਲ ਸਾਹਿਬ ਦੀਆਂ ਸ਼ਬਦ ਬਖਸ਼ ਕੀਤੇ ਨੇ। ਅਗਲੀ ਵਾਰ ਵਿਚਾਰ ਗਰੀਬ ਨਿਵਾਜ ਆਪ ਕਰਵਾਉਣਗੇ, ਆਪਾਂ ਸੁਣਾਂਗੇ, ਮਨ ਚ ਵਸਾਵਾਂਗੇ, ਸ਼ਾਇਦ ਕੋਈ ਚਿੰਤਾ ਵਸ ਜਾਵੇ, ਜ਼ਿੰਦਗੀ ਚ ਬੋੜ ਆ ਜਾਵੇ। ਇੰਨੇ ਸ਼ਬਦ ਪਿਆਂ ਤੋਂ ਸਮਝੋ, ਪਿਆਰ ਨਾ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।